ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਸਿੱਖ ਚੈਨਲ ਦੀ ਟੀਮ ਪਹੁੰਚੀ ਹੈ ਇਸ ਵਕਤ ਗੁਰੂ ਨਾਨਕ ਦੇਵ ਗੁਰਦੁਆਰਾ ਵਿਆਨਾ ਆਸਟਰੀਆ ਦੇ ਵਿੱਚ। ਵਾਹ ਪ੍ਰਗਟਿ ਉਮਰ ਦਾ ਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਾਹ ਆਪੇ ਗੁਰ ਚੇਲਾ। ਵਿਸਾਖੀ ਦਾ ਨਗਰ ਕੀਰਤਨ, ਖਾਲਸਾ ਦਾ ਪ੍ਰਗਟ ਦਿਹਾੜਾ, ਖਾਲਸਾ ਦਾ ਸਾਜਨਾ ਦਿਵਸ ਕਵਰ ਕਰਨ ਦੇ ਵਾਸਤੇ ਗੁਰੂ ਪਿਆਰਿਓ ਹਰ ਵਕਤ ਇਹ ਸਾਨੂੰ ਸੰਗਤਾਂ ਸਾਧਦੀਆਂ ਹਨ ਪੂਰੇ ਵਰਲਡ ਦੇ ਵਿੱਚ, ਚਾਹੇ ਉਹ ਕੈਨੇਡਾ ਹੋਵੇ, ਚਾਹੇ ਉਹ USA ਹੋਵੇ, ਚਾਹੇ ਉਹ ਅਮੈਰੀਕਾ ਹੋਵੇ, ਚਾਹੇ ਪੂਰਾ ਯੂਰਪ ਹੋਵੇ। ਕਿਉਂਕਿ ਸਿੱਖ ਚੈਨਲ ਦੁਨੀਆ ਦੇ ਉੱਤੇ ਪਹਿਲਾ ਚੈਨਲ ਹੈ ਗੁਰੂ ਪਿਆਰਿਓ, ਜਿਹਨੇ ਕਿ ਹਰ ਇੱਕ ਪ੍ਰਚਾਰਕ ਦੀ ਆਵਾਜ਼ ਚਾਰਦੁਆਰੀ ਤੋਂ ਕੱਢ ਕੇ ਗੁਰਦੁਆਰੇ ਦੀ ਚਾਰਦੁਆਰੀ ਤੋਂ ਬਾਹਰ ਪਹੁੰਚਾਈ। ਇਹੀ ਕਾਰਨ ਹੈ ਕਿ ਸਿੱਖ ਚੈਨਲ ਨੂੰ ਵੱਡੇ ਵੱਡੇ ਸਮਾਗਮ ਅਤੇ ਵੱਡੇ ਵੱਡੇ ਨਗਰ ਕੀਰਤਨ, ਸਿੱਖ ਚੈਨਲ ਨੂੰ ਸੱਦੇ ਪੱਤਰ ਆਉਂਦੇ ਹਨ ਅਤੇ ਸਾਡੀਆਂ ਟੀਮਾਂ ਜਿਹੜੀਆਂ ਹਨ ਉਹ ਸਾਰੇ ਵਰਲਡ ਦੇ ਜਗ੍ਹਾ ਜਗ੍ਹਾ ਪਹੁੰਚਦੀਆਂ ਹਨ। ਅਤੇ ਇਸ ਵਕਤ ਅਸੀਂ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਆਨਾ ਆਸਟਰੀਆ ਖੜ੍ਹੇ ਹਾਂ। ਅਤੇ ਇਹ ਡਿਸਟ੍ਰਿਕਟ 22 ਦਾ ਗੁਰਦੁਆਰਾ ਹੈ ਗੁਰੂ ਪਿਆਰਿਓ, ਅਤੇ ਡਿਸਟ੍ਰਿਕਟ 6 ਤੋਂ ਇੱਥੋਂ ਥੋੜ੍ਹੇ ਕਿਲੋਮੀਟਰ ਜਾ ਕੇ ਉੱਥੋਂ ਨਗਰ ਕੀਰਤਨ ਜਿਹੜਾ ਹੈ ਸ਼ੁਰੂ ਹੋ ਗਿਆ 11 ਵਜੇ, ਅਤੇ 3 ਵਜੇ ਤੱਕ ਵੱਖੋ ਵੱਖਰੇ ਜਗ੍ਹਾ ਤੋਂ ਦਰਸ਼ਨ ਦਿਦਾਰੇ ਦੇ ਕੇ ਬਾਜ਼ਾਰਾਂ 'ਚੋਂ, ਅਤੇ ਨਗਰ ਕੀਰਤਨ ਦੀ 3 ਵਜੇ ਸਮਾਪਤੀ ਹੋਊਗੀ। ਆਓ ਤੁਹਾਨੂੰ ਅੰਦਰ ਲੈ ਜਾਂਦੇ ਹਾਂ, ਤੁਹਾਨੂੰ ਨਿਸ਼ਾਨ ਸਿੰਘ ਸਿੰਘਾਂ ਦੇ ਪੰਜਾਂ ਪੈਰਾਂ ਦੇ ਅਤੇ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਉਂਦੇ ਹਾਂ ਜੀ। ਵੇਖਦੇ ਰਹਿਣ ਆਪਣਾ ਪਿਆਰਾ ਪਿਆਰਾ ਸਿੱਖ ਚੈਨਲ। ਮੇਰੇ ਨਾਲ ਆ ਸੀਨੀਅਰ ਸਾਡੇ ਚੈਨਲ ਕੰਟਰੋਲਰ ਤਲਵਿੰਦਰ ਸਿੰਘ ਜੀ ਲਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ। ਹਰ ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ। ਸੋ ਗੁਰੂ ਪਿਆਰਿਓ, ਵੇਖ ਰਹੇ ਜੇ ਕਿ ਸਿੰਘ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਦੇ ਸੱਚਖੰਡ ਦੇ ਵਿੱਚੋਂ ਦਰਸ਼ਨ ਦਿਦਾਰੇ ਦੇਣ ਵਾਸਤੇ ਪਾਲਕ ਇੱਥੇ ਆ ਰਹੇ ਹਨ ਗੱਡੀ ਦੇ ਵਿੱਚ। ਅਤੇ ਆ ਜਿਹੜੀ ਗੱਡੀ ਆ ਰਹੀ ਹੈ, ਅਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤਾਈਂ ਨਗਰ ਕੀਰਤਨ ਹੈ ਜੀ? 11 ਵਜੇ ਤੋਂ ਲੈ ਕੇ 3 ਵਜੇ ਤੱਕ। ਸੋ ਗੁਰੂ ਪਿਆਰਿਓ, ਤੁਸੀਂ ਵੇਖ ਰਹੇ ਜੇ ਪੰਜ ਪਿਆਰਿਆਂ ਦੇ ਦਰਸ਼ਨ ਦਿਦਾਰੇ ਕਰ ਰਹੇ ਜੇ ਗੁਰੂ ਪਿਆਰਿਓ। ਨਿਸ਼ਾਨ ਸਿੰਘ ਸਿੰਘਾਂ ਦੇ ਨਗਰ ਕੀਰਤਨ ਸ਼ੁਰੂ ਹੋਣਗੇ। ਸੋ ਵਾਹਿਗੁਰੂ ਦਾ ਸਿਮਰਨ, ਤੁਸੀਂ ਜਿਹੜਾ ਵਾ
ਆਪ ਵੀ ਕਰੋ ਤੇ ਸੁਣੋ ਵੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹ, ਇਹ ਗੁਰਦੁਆਰਾ ਬਿਲਕੁਲ ਰੇਲਵੇ ਲਾਈਨ ਦੇ ਅੱਗੇ ਹੈ, ਗੇਟ ਤੋਂ ਸਿਰਫ 10 ਫੁੱਟ ਦੀ ਦੂਰੀ 'ਤੇ ਰੇਲਵੇ ਲਾਈਨ ਹੈ ਡਿਸਟ੍ਰਿਕਟ 22। ਸੋ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੱਡੀ ਦੇ ਵਿੱਚ ਸ਼ੋਭਿਤ ਹੋ ਗਏ ਹਨ ਅਤੇ ਜਾਣਗੇ ਉਸ ਅਸਥਾਨਾਂ 'ਤੇ ਜਿੱਥੋਂ ਨਗਰ ਕੀਰਤਨ ਜਿਹੜੇ ਆ ਚਾਲੇ ਪਾਉਣੇ ਆ। ਸਾਧ ਸੰਗਤ ਜੀ, ਹੁਣ ਇੱਥੇ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਅਸਥਾਨਾਂ 'ਤੇ ਜਾ ਰਹੇ ਹਨ ਜਿੱਥੋਂ ਨਗਰ ਕੀਰਤਨ ਸ਼ੁਰੂ ਹੋਣਗੇ, ਕਿਉਂਕਿ ਨਿਸ਼ਾਂਤ ਸਿੰਘ ਵੀ ਪੰਜ ਪਿਆਰੇ ਵੀ ਗੱਡੀਆਂ 'ਚ ਬਹਿ ਗਏ ਹਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਗੱਡੀਆਂ ਦੇ ਵਿੱਚ ਸ਼ੋਭਿਤ ਹੋ ਗਏ ਹਨ ਅਤੇ ਸੰਗਤਾਂ ਇੱਥੇ ਵੀ ਜਿਹੜੀਆਂ ਹਨ ਉਹ ਵਾਹਿਗੁਰੂ ਦੇ ਸਿਮਰਨ ਕਰ ਰਹੀਆਂ ਹਨ, ਉੱਥੇ ਵੀ ਸੰਗਤਾਂ ਡੀਕ ਰਹੀਆਂ ਹਨ। ਸੋ ਉੱਥੇ ਜਾ ਕੇ ਵੀ ਤੁਹਾਨੂੰ ਅਸੀਂ ਪੂਰੀ ਜਿਹੜੀ ਆ ਕਵਰੇਜ ਦਿਖਾ ਲਾਂਗੇ, ਸਿੱਖ ਚੈਨਲ ਦੀ ਅੱਖ ਦੇ ਨਾਲ ਵੇਖਦੇ ਰਹੋ। ਅਤੇ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੱਡੀ 'ਤੇ ਸ਼ੋਭਿਤ ਹਨ, ਤੁਸੀਂ ਵੇਖ ਰਹੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਆਨਾ ਆਸਟਰੀਆ ਡਿਸਟ੍ਰਿਕਟ 22 ਦੇ ਵਿੱਚ। ਅਤੇ ਇਸੇ ਤਰ੍ਹਾਂ ਅਸੀਂ ਤੁਹਾਨੂੰ ਸਾਰਾ ਨਗਰ ਕੀਰਤਨ ਆ ਗੁਰੂ ਦੇ ਦਰਸ਼ਨ ਦਿਦਾਰੇ ਅਤੇ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਾਉਂਦੇ ਰਹਾਂਗੇ। ਵੇਖਦੇ ਰਹਿਣਾ ਪਿਆਰਾ ਪਿਆਰਾ ਸਿੱਖ ਚੈਨਲ। ਵਾਹਿਗੁਰੂ। ਖਾਲਸਾ ਫਤਿਹ। ਗੁਰੂ ਪਿਆਰੇ ਵੇਖ ਰਹੇ ਜੇ ਕਿ ਪੰਜ ਨਿਸ਼ਾਨ ਸਿੰਘ ਪੰਜ ਪਿਆਰਿਆਂ ਦੀ ਅਗਵਾਈ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨਗਰ ਕੀਰਤਨ ਜਿੱਥੋਂ ਚੱਲਣੇ ਆ ਉੱਥੇ ਪਹੁੰਚ ਚੁੱਕੇ ਆ। ਪਾਲਕੀ ਸਾਹਿਬ ਜਿਹੜੀ ਆ ਸਜਾਈ ਗਈ ਆ, ਉੱਥੇ ਸ਼ੋਭਿਤ ਹੋ ਰਹੇ ਆ, ਸੰਗਤਾਂ ਖੁੱਲ੍ਹੇ ਦਰਸ਼ਨ ਦਿਦਾਰੇ ਕਰ ਰਹੀਆਂ, ਝੋਲੀਆਂ ਭਰ ਰਹੀਆਂ, ਮੱਥੇ ਟੇਕ ਰਹੀਆਂ ਸੰਗਤਾਂ। ਅਤੇ ਮੌਸਮ ਵੀ ਅੱਜ ਥੋੜ੍ਹਾ ਜਿਹਾ ਬੱਦਲ ਵਾਲੀ ਆ ਅਤੇ ਸੰਗਤਾਂ ਦੂਰੋਂ ਨੇੜਿਓਂ ਸਾਰੀਆਂ ਜਿਹੜੀਆਂ ਵਾ ਉਹ ਪਹੁੰਚ ਰਹੀਆਂ। ਵੇਖ ਰਹੇ ਜੇ ਸੰਗਤਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ। ਸੋ ਸਾਡੇ ਨਾਲ ਭਾਈ ਜੋਗਿੰਦਰ ਸਿੰਘ ਜੀ ਜਿਹੜੇ ਆ ਸਿੱਖ ਚੈਨਲ ਦੇ ਸਾਡੇ ਬੜੇ ਤਕੜੇ ਸਪੋਰਟਰ ਆ, ਉਹ ਜੁੜੇ ਆ ਅਤੇ ਹਰ ਇੱਕ ਨਗਰ ਕੀਰਤਨ 'ਤੇ ਹਰ ਇੱਕ ਦਿਨ ਤਿਉਹਾਰ ਬੜੀ ਖੁਸ਼ੀ ਹੁੰਦੀ ਆ ਜਦੋਂ ਵੀ ਕੋਈ ਜਥਾ ਆਉਂਦਾ, ਉਹਨਾਂ ਦੀ ਜਿਹੜੀ ਆ ਦਿਲੋਂ ਸੇਵਾ ਕਰਦੇ ਆ। ਅਤੇ ਹਰ ਇੱਕ ਨਗਰ ਕੀਰਤਨ ਦੇ ਵਿੱਚ ਸਾਰੇ ਇਕੱਠੇ ਹੋ ਕੇ
ਜਿਹੜੇ ਆ ਆਪਣਾ ਤਿਰਫੁਰ ਪਾਉਂਦੇ ਆ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਿੰਘ ਸਾਹਿਬ ਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ ਨਗਰ ਕੀਰਤਨ ਦੀਆਂ। ਕੀ ਕਹਿਣਾ ਚਾਹੋਗੇ? ਕੋਈ ਨਹੀਂ ਸਿੰਘ ਸਾਹਿਬ, ਅੱਜ ਤਾਂ ਗ੍ਰੰਥ ਸਾਹਿਬ ਜੀ ਆਏ ਨੇ, ਮਹਾਰਾਜ ਆਏ ਨੇ, ਹੁਣ ਤਿਆਰੀਆਂ ਹੋ ਰਹੀਆਂ ਨੇ। ਇਸ ਟਾਈਮ ਦੇ ਬਹੁਤ ਬਹੁਤ ਮੁਬਾਰਕਾਂ ਸਾਰੀ ਸੰਗਤ ਨੂੰ ਜੀ, ਫੇਰ ਕਰਨੇ ਗੱਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੋ ਸਾਡੇ ਨਾਲ ਹੋਰ ਆ ਭਾਈ ਸਾਹਿਬ ਜਿਹੜੇ ਆ, ਕੀ ਕਹਿਣਾ ਚਾਹੋਗੇ ਜੀ? ਬੜੀ ਖੁਸ਼ੀ ਆ ਜੀ ਨਗਰ ਕੀਰਤਨ ਦੀ ਅੱਜ। ਹਾਂਜੀ, ਬਹੁਤ ਵਧੀਆ ਸੰਗਤਾਂ ਦੂਰੋਂ ਨੇੜੋਂ ਜਿਹੜੀਆਂ ਜੁੜੀਆਂ ਵਾ, ਬਹੁਤ ਬਹੁਤ ਖੁਸ਼ੀਆਂ ਭਰਿਆ ਦਿਹਾੜਾ ਵਾ। ਅਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਜੀ, ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਦੇ ਆ, ਇੱਥੇ ਵਿਆਨਾ ਆਏ ਆ ਅਤੇ ਨਗਰ ਕੀਰਤਨ ਰਾਹੀਂ ਨਿਹਾਲ ਕਰਨਗੇ। ਭਾਈ ਸਾਹਿਬ ਜੀ, ਤੁਹਾਡਾ ਵੈਲਕਮ ਆਸਟ੍ਰੇਲੀਆ ਦੀ ਧਰਤੀ 'ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਜੋ ਅੱਜ ਇੱਕ ਮਹਾਨ ਕੀਰਤਨ ਦਰਬਾਰ, ਜੋ ਮਹਾਨ ਨਗਰ ਕੀਰਤਨ ਆਸਟ੍ਰੇਲੀਆ ਵਿਆਨਾ ਵਿਖੇ, ਜੋ ਵਿਆਨਾ ਦੀਆਂ ਸੰਗਤਾਂ ਰਲ ਮਿਲ ਕੇ ਖਾਲਸਾ ਜੀ ਦੇ ਸਾਜਨਾ ਦਿਵਸ ਦੇ ਮੌਕੇ 'ਤੇ ਇਹ ਮਹਾਨ ਨਗਰ ਕੀਰਤਨ ਅੱਜ ਹੁਣ ਵਿਆਨਾ ਵਿਖੇ ਆਰੰਭ ਹੋਣ ਜਾ ਰਿਹਾ ਹੈ, ਜਿਸ ਦੀ ਕਵਰੇਜ ਜੋ ਸਾਰੀ ਸੇਵਾ ਘਰ ਘਰ ਪਹੁੰਚਾਉਣ ਦੀ, ਘਰ ਘਰ ਵਿਖਾਉਣ ਦੀ, ਜੋ ਇਹ ਸਿੱਖ ਚੈਨਲ, ਜੋ ਸਿੱਖਾਂ ਦਾ ਆਪਣਾ ਚੈਨਲ ਹੈ, ਉਹ ਕਰ ਰਿਹਾ ਹੈ। ਬਹੁਤ ਬਹੁਤ ਧੰਨਵਾਦੀ ਹਾਂ ਸਿੱਖ ਚੈਨਲ ਦੇ ਵੀ, ਜੋ ਇੱਥੇ ਆ ਕੇ ਸਪੈਸ਼ਲ ਤੌਰ 'ਤੇ ਇਹਨਾਂ ਨੇ ਇਸ ਦੀ ਕਵਰੇਜ ਕਰ ਰਹੇ ਨੇ ਨਗਰ ਕੀਰਤਨ ਦੀ। ਖਾਲਸਾ ਜੀ ਦੇ ਸਾਜਨਾ ਦਿਵਸ ਦੀਆਂ ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਮਹਾਰਾਜ ਕਿਰਪਾ ਕਰਨ ਆਪਣੇ ਖਾਲਸਾ ਨੂੰ, ਆਪਣੇ ਖਾਲਸਾ ਜੀ ਨੂੰ ਹਮੇਸ਼ਾ, ਖਾਲਸੇ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ। ਗੁਰੂ ਮਹਾਰਾਜ ਸਾਰਿਆਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਣਾਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲੋ ਜੇ। ਹਿਨਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ, ਆਪ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਹੈ। ਵਾਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਐਸੇ ਦੀਨ ਦਿਆਲ ਦਸਵੇਂ ਪਾਤਸ਼ਾਹ ਧੰਨ ਧੰਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਆਪ ਜੀ ਦੇ ਵਰਸਾਏ ਹੋਏ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਇਸ ਮੁੱਖ ਰੱਖ ਕਰਕੇ ਖਾਲਸਾ ਦਿਵਸ ਨੂੰ ਸਮਰਪਿਤ ਸਤਿਗੁਰੂ ਜੀਓ, ਵਿਆਨਾ ਦੀ ਆਸਟ੍ਰੇਲੀਆ ਦੀ ਸਮੁੱਚੀ ਸਾਧ ਸੰਗਤ ਵੱਲੋਂ ਧੰਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀ ਦਾ ਓਟ ਆਸਰਾ ਲੈ ਕਰਕੇ ਆਪ ਜੀ ਦੀ ਗਵਾਹੀ ਅਤੇ ਪੰਜ ਪਿਆਰਿਆਂ ਦੀ ਗਵਾਹੀ ਅੰਦਰ ਨਗਰ ਕੀਰਤਨ ਆਰੰਭ ਕੀਤਾ ਜਾ ਰਿਹਾ। ਆਪ ਕਿਰਪਾ ਕਰੋ, ਸਮੁੱਚੀ ਸਾਧ ਸੰਗਤ ਦੇ ਸਿਰ 'ਤੇ ਰਹਿਮਤਾਂ ਭਰਿਆ ਹੱਥ ਰੱਖ ਕਰਕੇ ਕੀਰਤਨ ਆਰੰਭ ਕਰਨ ਦੀ ਆਪ ਆਗਿਆ ਬਖਸ਼ਿਸ਼ ਕਰੋ। ਆਪਸ ਵਿੱਚ ਪ੍ਰੇਮ ਪਿਆਰ ਤਬਾਕ ਪਰਸਪਰ ਪਿਆਰ ਬਖਸ਼ਿਸ਼ ਕਰਨਾ, ਖਾਲਸੇ ਪੰਥੀ ਹਮੇਸ਼ਾ ਚੜ੍ਹਦੀ ਕਲਾ ਰੱਖਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਕਲੇਸ਼ਾਂ ਦੇ ਨਾਸ਼ ਚੜ੍ਹਦੀਆਂ ਕਲਾ ਦਾ ਜੀਵਨ ਬਖਸ਼ ਕਰਕੇ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ। ਭੁੱਲ ਚੁੱਕ ਦੀ ਖਿਮਾ ਕਰਨੀ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
खालसा वाहेगुरु जी की फतेह। वाहेगुरू जी का खालसा वाहेगुरू जी की फतेह। साडे नाल सत पातशाह जी गरचा दे ढाडी भी है ते कविशर भी आ ते सिखी दा प्रचार करदे आ इस वक्त जुड़े आ फेसबुक दे बड़े मास्टर आ। वाहेगुरू जी का खालसा फतेह। वाहेगुरू जी की फतेह जी। गुरु नानक नाम लेवा समूह सिख संगतां नूं ऑस्ट्रेलिया वियाना की समुची संगत वालों खालसे दे साजना दिवस नूं समर्पित सजाए जा रहे नगर कीर्तन विच शमूलियत करन ते बहुत बहुत धन्नवाद। समुचियां संगतां वालों सारियां ही सिख संगतां दा कोटान कोट धन्नवाद है। गुरु साहब की बड़ी अपार बख्शिश हो रही है। नगर कीर्तन के चाले पाए जा रहे हैं। समुचिया संगतां नूं एक बार फिर दास वल्लों खालसे दे साजना दिवस दीआं वधाईआं वधाईआं वधाईआं। वाहिगुरू जी का खालसा वाहिगुरू जी की फतेह। साडे नाल हरमन सिंह जी खालसा जुड़े हन जो बड़िया सेवावां निभाउंदे हन जिन्हां ने कि अपना धर्म जिहड़ा रजिस्टर कराया इत्थे उह अपनी जबानी दसणगे जी। खालसा जी वाहिगुरू जी का खालसा फतेह। वाहिगुरू जी का खालसा वाहिगुरू जी की फतेह। तुहानूं सिख चैनल दी टीम वल्लों बहुत बहुत वधाईआं। हुण खालसा दे साजना दिवस दीआं ते संगतां नूं की कहना चाहोगे ते जिहड़ा धर्म रजिस्टर कराया उहदे बारे भी इक अद्धे मिंट च थोड़ा जिहा जरूर दसो। वाहिगुरू जी का खालसा वाहिगुरू जी की फतेह। सारे सिख चैनल देखण वाले दर्शकों नूं साडा प्रेम प्यारा प्रेम भरी प्यार भरी फतेह। वाहिगुरू जी का खालसा वाहिगुरू जी की फतेह। जिहड़ा इह नगर कीर्तन रखा गया इत्थे एस जी ओ वल्लों ਉਹ ਇੱਕ ਨਿਸ਼ਾਨੀ ਹੈ ਸਾਡੀ ਕਿ ਸਿੱਖ ਧਰਮ ਜਿਹੜਾ ਆ ਆਸਟਰੀਆ ਦੇ ਵਿੱਚ ਪ੍ਰਫੁੱਲਤ ਆ ਅਤੇ ਅਸੀਂ ਕੋਸ਼ਿਸ਼ ਸਾਡੀ ਹਮੇਸ਼ਾ ਇਹੀ ਰਹਿੰਦੀ ਆ ਕਿ ਜੋ ਵੀ ਸਿੱਖਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਇੱਥੇ ਉਹ ਅਸੀਂ ਸੋਲਵ ਕਰ ਸਕੀਏ ਸਰਕਾਰ ਦੇ ਨਾਲ ਗੱਲ ਕਰ ਸਕੀਏ। ਅਤੇ ਇਹਦੇ ਵਿੱਚ ਮੇਨ ਤੌਰ 'ਤੇ ਨੌਜਵਾਨ ਪੀੜ੍ਹੀ ਜਿਹੜੀ ਸਾਡੀ ਜੁੜੀ ਹੋਈ ਆ ਸਾਰੇ ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਉਹ ਇਹਦੀ ਅਗਵਾਈ ਕਰਦੇ ਨੇ। ਅਤੇ ਅੱਜ ਦੇ ਦਿਨ ਦੇ ਲਈ ਅੱਜ ਜਿਹੜਾ ਵਿਸਾਖੀ ਲਈ ਅਸੀਂ ਪ੍ਰੋਗਰਾਮ ਰੱਖਿਆ ਇੱਥੇ ਉਹਦੇ ਲਈ ਅਸੀਂ ਸਾਰੇ ਪੰਥ ਨੂੰ ਅਸੀਂ ਪੂਰੇ ਵਰਲਡ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਚੜ੍ਹਦੀ ਕਲਾ ਦੇ ਜੀਵਨ। ਕਿੰਨਾ ਚਿਰ ਹੋ ਗਿਆ ਧਰਮ ਰਜਿਸਟਰ ਕਰਾਇਆ ਨੂੰ ਸਿੰਘ ਸਾਹਿਬ? ਧਰਮ ਰਜਿਸਟਰ ਹੋਇਆ ਸੀਗਾ ਜੀ 2020 ਦੇ ਵਿੱਚ। 2 ਸਾਲ ਹੋ ਗਏ ਨੇ, 3 ਸਾਲ ਹੋ ਗਏ ਨੇ। 19 ਦਸੰਬਰ 2020 ਦੇ ਵਿੱਚ ਇਹ ਧਰਮ ਰਜਿਸਟਰ ਹੋਇਆ ਸੀਗਾ। ਉਹਦੇ ਵਿੱਚ ਸਾਨੂੰ ਇਹ ਦੱਸਣਾ ਪਿਆ ਕਿ ਜਿਹੜੇ ਸਿੱਖ ਨੇ, ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਖਾਸ ਤੌਰ 'ਤੇ, ਉਹਨਾਂ ਦੇ 5 ਕਕਾਰਾਂ ਦੀ ਅਹਿਮੀਅਤ ਕੀ ਹੈ ਇਹ ਸਰਕਾਰ ਨੂੰ ਪਤਾ ਲੱਗੀ ਹੈ। ਅਤੇ ਹੁਣ ਸਾਨੂੰ ਅਸੀਂ ਧਰਮ ਰਜਿਸਟਰ ਹੋਣ ਕਰਕੇ ਅਸੀਂ ਹੁਣ ਆਪਣੀ ਜਿਹੜੀ ਸ੍ਰੀ ਸਾਹਿਬ ਹੈ ਉਹ ਪਾ ਸਕਦੇ ਹਾਂ ਖੁੱਲ੍ਹੇ ਤੌਰ 'ਤੇ। ਅਤੇ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ, ਸਾਰੇ ਸਮੂਹ ਸਿੱਖ ਸੰਗਤਾਂ ਆਸਟ੍ਰੇਲੀਆ ਵੱਲੋਂ ਇਹ ਕਾਰਜ ਪੂਰਾ ਕੀਤਾ ਗਿਆ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਵੇਖੋ ਧਰਮ ਰਜਿਸਟਰ ਕਰਾਏ ਦਾ ਕਿੰਨਾ ਫਾਇਦਾ ਵਾ। ਧਰਮ ਦੇ ਬਾਰੇ ਦੱਸਣਾ ਕਿੰਨੀ ਵਧੀਆ ਗੱਲ ਆ, ਕਿਉਂਕਿ ਇਹ ਜਿਹੜਾ ਧਰਮ ਆ ਸਿੱਖ ਧਰਮ ਆ, ਮਾਨਸ ਦੀ ਜਾਤ ਸਭ ਏਕ ਹੀ ਪਛਾਣ ਵੋ ਦੇ ਮਾਂ ਵਾਕ ਅਨੁਸਾਰ। ਗੁਰੂ ਪਿਆਰਿਓ, ਸਾਰੇ ਵਰਲਡ ਦੇ ਵਿੱਚ ਤੁਸੀਂ ਵੇਖੋ, ਅਮਰੀਕਾ ਕੈਨੇਡਾ 'ਚ ਕਿੰਨੇ ਗੋਰੇ ਸਿੰਘ ਸੱਜ ਰਹੇ ਆ, ਹੋਲੈਂਡ ਦੇ ਵਿੱਚ ਗੋਰਿਆਂ ਵੱਲੋਂ ਜਿਹੜਾ ਵਾ ਗੁਰਦੁਆਰਾ ਸਥਾਪਿਤ ਕੀਤਾ ਗਿਆ। ਅਤੇ ਸਾਡੇ ਨਾਲ ਆਹ ਸਿੰਘ ਜਿਹੜਾ ਤੁਸੀਂ ਵੇਖ ਰਹੇ ਜੇ ਪਗੜੀਧਾਰੀ, ਇਹ ਗੋਰਾ ਸਿੰਘ ਆ। ਅਤੇ ਮੈਂ ਹਰਮਨ ਸਿੰਘ ਨੂੰ ਕਹੂੰਗਾ ਜਿਹਨਾਂ ਧਰਮ ਰਜਿਸਟਰ ਕਰਾਇਆ ਕਿ ਵੇਖੋ ਕਿੰਨੀ ਸਿੱਖੀ ਪ੍ਰਫੁੱਲਤ ਹੋ ਰਹੀ ਆ ਸਾਰੇ ਵਰਲਡ ਦੇ ਵਿੱਚ। ਸੋ ਵੀ ਆਲ ਦ ਵਰਲਡ ਵੁੱਡ ਲਾਈਕ ਟੂ ਨੋ ਹਾਊ ਯੂ ਕੇਮ, ਹਾਊ ਯੂ ਗੋਟ ਅਟੈਚ ਟੂ ਦ ਸਿੱਖਿਜ਼ਮ ਐਂਡ ਸਮਥਿੰਗ ਯੂ ਵਾਂਟ ਟੂ ਗਿਵ ਅ ਮੈਸੇਜ ਟੂ ਦ ਵਰਲਡ। Well, I was born Sikh, second generation American Sikh, but as with all Sikhs over the world, we're minorities everywhere we go, so each one of us has to choose it ourselves. But like the Guru says, we take one step towards the Guru and the Guru takes 10,000 towards us. And I'm blessed to be here with the large Vienna Sangat. Very nice. And how do you took the Amrit? Are you Amrit Hari Singh? Yes. Yes, I took Amrit when I was 27, after getting married, and it's just Guru's darshan that I'm here. Welcome to Vienna. Thank you. Sadna Bhai Gurdayal Singh ji jude aa, Bhai Sahib ji tuhanu khalsa de saajna dis diyan vadhaiyan, sangatan nu vadhaiyan deo ji. Vaheguru ji ka khalsa, Vaheguru ji ki fateh. Guru roop pyari saath sangat ji, ਆਸਟਰੀਆ ਵਿਆਨਾ ਦੇ ਵਿੱਚ ਮਹਾਨ ਨਗਰ ਕੀਰਤਨ ਆਰੰਭ ਕੀਤਾ ਜਾ ਰਿਹਾ ਹੈ। ਸਭ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਖਾਲਸਾ ਦੇ ਪੰਥ ਦਿਨ ਦੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਵਧਾਈਆਂ ਵਿਸਾਖੀ ਦੀਆਂ, ਖਾਲਸਾ ਸਾਜਨਾ ਦੱਸਦੀਆਂ, ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ, ਵਿਆਨਾ ਆਸਟ੍ਰੇਲੀਆ ਦੀ ਸੰਗਤਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਇਸ ਟਾਈਮ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
ਖਾਲਸਾ ਦੇ ਸਾਜਣਾ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਆ, ਤੇ ਕੀ ਕਹਿਣਾ ਚਾਹੋਗੇ? ਪੁੱਛੋ ਨਾ, ਮਹਾਰਾਜ ਦੀ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ, ਮੇਰੇ ਦਾਤਾ ਦੀ। ਉਹ ਵਾਹਿਗੁਰੂ ਬਸ ਇੱਦਾਂ ਹੀ ਮੇਲੇ ਲੱਗਦੇ ਰਹਿਣ ਅਤੇ ਸਿੰਘ ਸੱਜਦੇ ਰਹਿਣ, ਮੇਰੇ ਸੱਚੇ ਪਾਤਸ਼ਾਹ ਮਿਹਰਾਂ ਕਰਨ ਸਭ 'ਤੇ, ਹਰ ਇੱਕ 'ਤੇ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਵਾਹਿ ਖਾਲਸਾ ਫਤਿਹ। ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਟਰੀਆਂ ਦੀਆਂ ਸਮੂਹ ਸੰਗਤਾਂ ਧੰਤਾ ਦੇ ਯੋਗ ਹਨ, ਜਿਹੜੀਆਂ ਸਾਲਾਨਾ ਦੀ ਤਰ੍ਹਾਂ ਵਿਸਾਖੀ ਦਾ ਆਗਮਨ ਦਿਹਾੜਾ, ਜੋ ਖਾਲਸੇ ਦਾ ਆਗਮਨ ਦਿਹਾੜਾ ਹੈ, ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਉਂਦੀਆਂ ਨੇ। ਸੋ ਇਹ ਜਿਹੜਾ ਦਿਹਾੜਾ ਹੈ, ਇਹ ਸਾਰੀ ਸਮੁੱਚੀ ਸੰਗਤ ਵਾਸਤੇ ਸਾਂਝਾ ਦਿਹਾੜਾ ਹੈ, ਬੜੀ ਸ਼ਰਧਾ ਦੀ ਗੱਲ ਅਤੇ ਭਾਵਨਾ ਦੀ ਗੱਲ ਹੈ। ਗੁਰੂ ਕੇ ਪਿਆਰਿਆਂ ਦੇ ਵਿੱਚ ਜਿਹੜੀ ਇਹ ਵੱਧ ਚੜ੍ਹ ਕੇ ਇਸ ਪਵਿੱਤਰ ਪਾਵਨ ਦਿਹਾੜੇ ਨੂੰ ਮਨਾਉਂਦੇ ਨੇ, ਇਹ ਧੰਤਾ ਦੇ ਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪਣਾ ਸ਼ੁਭ ਨਾਮ? ਮੈਂ ਹਰਪਾਲ ਸਿੰਘ ਹਾਂ ਜੀ। ਕਿਹੜੇ ਗੁਰਦੁਆਰੇ ਦੀ ਸੇਵਾ ਕਰ ਰਹੇ ਤੁਸੀਂ? ਇਹ ਗੁਰੂ ਨਾਨਕ ਗੁਰਦੁਆਰਾ, ਗੁਰੂ ਨਾਨਕ ਪ੍ਰਕਾਸ਼ ਕਲਗਨ ਫੋਰਟ। ਕਿੰਨੀ ਕੁ ਦੂਰ ਜੀ ਇੱਥੋਂ? ਇੱਥੋਂ ਹੈਗੀ 350 ਕਿਲੋਮੀਟਰ ਦੂਰ। ਵਾਹ ਜੀ ਵਾਹ। ਵੇਖੋ, ਗੁਰੂ ਦੇ ਸਿੱਖਾਂ ਨੇ ਹਰ ਇੱਕ ਜਗ੍ਹਾ ਦੇ ਉੱਤੇ ਗੁਰਦੁਆਰੇ ਬਣਾਏ ਆ। ਕਿੰਨੀਆਂ ਕੁ ਸਿੱਖ ਸੰਗਤਾਂ ਉੱਥੇ ਰਹਿੰਦੀਆਂ? ਉੱਥੇ ਹੈ ਜੀ 70 ਕੁ ਪਰਿਵਾਰ ਹੈਗੇ ਸੁਖਣਾ। ਬੜੀ ਕਿਰਪਾ ਦਾ ਜੀ, ਖਾਲਸਾ ਦਾ ਸਾਜਣਾ ਦੇ ਉਸੇ ਵਿਸਾਖੀ ਦਾ ਦਿਹਾੜਾ ਮਨਾ ਰਿਹਾ, ਕੀ ਕਹਿਣਾ ਚਾਹੋਗੇ ਸੰਗਤਾਂ ਨੂੰ? ਸਾਹਿਬ ਜੀ, ਖਾਲਸਾ ਸਾਜਣਾ ਦੇ ਵਾਸਤੇ ਸਮੂਹ ਸੰਗਤ ਨੂੰ ਬਹੁਤ ਬਹੁਤ ਬੇਅੰਤ ਵਧਾਈਆਂ ਜੀ, ਔਰ ਧੰਨਵਾਦ ਇਹਨਾਂ ਸਾਰੀ ਸੰਗਤ 22 ਡਿਸਟ੍ਰਿਕਟ ਵਾਲਿਆਂ ਦਾ, ਜਿਨ੍ਹਾਂ ਨੇ ਵੱਡਾ ਪ੍ਰੋਗਰਾਮ ਰੱਖਿਆ ਔਰ ਸੰਗਤਾਂ ਨੂੰ ਬੁਲਾਇਆ, ਔਰ ਅਸੀਂ ਸਭ ਇੱਥੇ ਗੁਰੂ ਮਹਾਰਾਜ ਦੀ ਬਖਸ਼ਿਸ਼ ਸਰਕਾਰ ਉਹਨਾਂ ਦੀ ਹਾਜ਼ਰੀਆਂ ਭਰ ਰਹੇ ਹਾਂ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸਾਡੇ ਨਾਲ ਜੁੜੇ ਬੜੀਆਂ ਸੇਵਾਵਾਂ ਨਿਭਾਉਂਦੇ ਆ, ਸਾਰਿਆਂ ਨੇ ਰਲ ਮਿਲ ਕੇ ਨਾਚ ਮਾਰਕੀਟ ਵਾਲਿਆਂ ਨੇ ਇੱਥੇ ਚਾਹ ਪਾਣੀ ਦੇ ਲੰਗਰ ਲਾਏ। ਭਾਈ ਸਾਹਿਬ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਤਾਂ ਸਭ ਤੋਂ ਪਹਿਲਾਂ ਆਸਟ੍ਰੀਆ ਅਤੇ ਸਾਰੇ ਯੂਰਪ ਦੀ ਸਾਧ ਸੰਗਤ ਨੂੰ ਖਾਲਸਾ ਦਿਵਸ ਦੀ ਬਹੁਤ ਬਹੁਤ ਮੁਬਾਰਕ ਦਿੰਦਾ, ਅਤੇ ਬਾਕੀ ਆਏ ਹੋਏ ਸਾਰੇ ਧੰਨਵਾਦ, ਅਤੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਬਾਕੀ ਸੰਗਤ ਦਾ ਹੁੰਮ ਹੁੰਮਾ ਕੇ ਇਕੱਠ ਆ ਰਿਹਾ ਅਤੇ ਹੋ ਰਿਹਾ, ਅਤੇ ਇਸ ਲਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਮੈਂ ਫਿਰ ਤੋਂ ਦੁਬਾਰਾ ਖਾਲਸਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਨੌਜਵਾਨ ਜੁੜੇ ਆ, ਹਰ ਸਾਲ ਬੜੀ ਸੇਵਾਵਾਂ ਨਿਭਾਉਂਦੇ ਆ ਸੰਗਤਾਂ ਦੀਆਂ, ਅਤੇ ਸਿੱਖ ਚੈਨਲ ਦੀ ਬੜੀ ਸੇਵਾ ਕਰਦੇ ਆ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਭ ਨੂੰ ਵਧਾਈ ਹੋਏ ਨਗਰ ਕੀਰਤਨ ਦੀ। ਹਾਂਜੀ, ਬਹੁਤ ਖੁਸ਼ੀ ਅੱਜ ਸਭ ਨਾਲ, ਧੰਨਵਾਦ ਮੇਨ ਸਿੱਖ ਚੈਨਲ ਦਾ ਜਿਹੜੇ ਸਾਡੇ ਕੋਲ ਇੱਥੇ ਪਹੁੰਚੇ ਨੇ ਕਰਕੇ। ਹਾਂਜੀ, ਬਹੁਤ ਧੰਨਵਾਦ, ਸਭ ਨੂੰ ਵਧਾਈ ਹੋਏ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਿੰਘ ਸਾਹਿਬ ਜੁੜੇ ਆ, ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਉਪਰਾਲਾ। ਇੱਕ ਤਾਂ ਆਪਣੇ ਜਿਹੜੀ ਇੱਥੇ ਦੀ ਪਬਲਿਕ ਆ, ਯੂਰਪੀਅਨ, ਉਹਨੂੰ ਜਾਣਕਾਰੀ ਹੁੰਦੀ ਸਿੱਖ ਧਰਮ ਬਾਰੇ, ਕੀ ਸਾਡਾ ਕਲਚਰ ਆ, ਕਿਸ ਤਰ੍ਹਾਂ ਸਾਡਾ ਰਹਿਣਾ ਬਹਿਣਾ, ਕਿਸ ਤਰ੍ਹਾਂ ਦਾ ਸਾਡਾ ਮਿਲਣਾ ਜੁਲਣਾ ਜਨਤਾ ਨਾਲ, ਕਹਿ ਲਓ ਆਮ ਪਬਲਿਕ ਦੇ ਨਾਲ, ਕਿਸ ਤਰ੍ਹਾਂ। ਔਰ ਦੂਸਰਾ, ਬੱਚਿਆਂ ਨੂੰ ਵੀ ਥੋੜ੍ਹਾ ਆਪਣੇ ਕਲਚਰ ਬਾਰੇ ਥੋੜ੍ਹੀ ਜ਼ਿਆਦਾ ਜਾਣਕਾਰੀ ਮਿਲਦੀ ਹੈ, ਅਤੇ ਕਹਿ ਲਓ ਕੁੱਲ ਮਿਲਾ ਕੇ ਸਾਰਿਆਂ ਨੂੰ ਸਾਡੀ ਹੋਣ ਦਾ ਪਤਾ ਲੱਗਦਾ ਕਿ ਅਸੀਂ ਖਾਲਸਾ ਕੌਮ ਦੇ ਜਿਹੜੇ ਵਾਰਸ ਹਾਂ, ਖਾਲਸੇ ਹਾਂ, ਅਤੇ ਸਾਡੇ ਬਾਰੇ ਉਹਨਾਂ ਨੂੰ ਥੋੜ੍ਹਾ ਨੇੜੇ ਤੋਂ ਜਾਣਨ ਦਾ ਮੌਕਾ ਮਿਲਦਾ ਇਹ ਸਾਰੇ ਦਿਨ। ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਬਹੁਤ ਹੀ ਗੁਰਮ ਪਿਆਰੇ ਜੁੜੇ ਆ, ਬੜੀਆਂ ਸੇਵਾਵਾਂ ਨਿਭਾਉਂਦੇ ਆ, ਅਤੇ ਭਾਈ ਸਾਹਿਬ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਿੱਖ ਚੈਨਲ ਦੀ ਟੀਮ ਵੱਲੋਂ, ਕੀ ਕਹਿਣਾ ਚਾਹੋਗੇ? ਅੱਜ ਖੁਸ਼ੀ ਦਾ ਮੌਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਿਹਰ ਸਦਕਾ ਅੱਜ ਅਸੀਂ ਨਗਰ ਕੀਰਤਨ ਵਿਆਨਾ ਸ਼ਹਿਰ ਦੇ ਵਿੱਚ ਕੱਢ ਰਹੇ ਹਾਂ। ਸਾਰੀਆਂ ਸੰਗਤਾਂ ਨੂੰ ਤਹਿ ਦਿਲੋਂ ਬਹੁਤ 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 ਮੁਬਾਰਕਾਂ ਖਾਲਸਾ ਦਿਵਸ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੋਂ ਜਿਹੜਾ ਹੈ ਸ਼ੁਰੂ ਹੋ ਚੁੱਕਾ ਹੈ ਜਗਦੀ ਜੋਤ, ਦੀਨ ਦੁਨੀਆ ਦੇ ਮਾਲਕ, ਬਾਦਸ਼ਾਹ ਦੇ ਪਾਤਸ਼ਾਹ, ਸ਼ਹਿਨਸ਼ਾਹ ਦੇ ਸ਼ਹਿਨਸ਼ਾਹ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਲਕੀ ਦੇ ਵਿੱਚ ਸੁਸ਼ੋਭਿਤ ਹਨ। ਵਿਆਨਾ ਵਿਖੇ ਆਸਟ੍ਰੇਲੀਆ ਦੀਆਂ ਸੰਗਤਾਂ ਨੂੰ ਦਰਸ਼ਨ ਦਦਾਰੇ ਦੇ ਰਹੇ ਹਨ। ਬਾਜ਼ਾਰਾਂ ਦੇ ਵਿੱਚੋਂ ਦੀ ਜਿਹੜੀ ਮੇਨ ਬਾਜ਼ਾਰ ਹੈ ਉਹਦੇ ਵਿੱਚੋਂ ਦੀ ਹੁੰਦੇ ਹੋਏ ਦਰਸ਼ਨ ਦਦਾਰੇ ਦੇ ਕੇ ਫਿਰ ਜਿਹੜੀ ਆ ਸੰਗਤਾਂ ਦੇ ਜਿਹੜੇ ਆ ਇੱਥੇ ਆਣ ਕੇ ਫਿਰ ਸਮਾਪਤੀ ਹੋਊਗੀ। ਵੇਖੋ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ, ਸਤਾਂ ਸਮੁੰਦਰਾਂ ਤੋਂ ਪਾਰ ਸੰਗਤਾਂ ਦੇ ਵਿੱਚ ਖੁਸ਼ੀ ਜਿਹੜੀ ਆ ਇਹ ਸਭ ਨਗਰ ਕੀਰਤਨ ਇਸੇ ਤਰ੍ਹਾਂ ਦੁਨੀਆ ਦੇ ਉੱਤੇ ਜਿਹੜੇ ਹਨ ਉਹ ਨਿਕਲ ਰਹੇ ਹਨ, ਸਾਡੀ ਹੋਂਦ ਦਾ ਪ੍ਰਗਟਾਵਾ ਹੈ। ਸੋ ਵੱਧ ਤੋਂ ਵੱਧ ਨਗਰ ਕੀਰਤਨਾਂ ਦੇ ਵਿੱਚ ਸਹਿਯੋਗ ਦਿਆ ਕਰੋ, ਹਾਜ਼ਰੀਆਂ ਭਰਿਆ ਕਰੋ, ਤੁਸੀਂ ਹਾਜ਼ਰੀਆਂ ਭਰੋ, ਮਾਲਕ ਤੁਹਾਡੀਆਂ ਝੋਲੀਆਂ ਭਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਜੁੜੇ ਆ, ਵਾਹਿ ਖਾਲਸਾ ਫਤਿਹ ਜੀ, ਵਧਾਈਆਂ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
समूह संसार विच वसदे गुरु नानक नाम लेवा सिख संगतां नूं दास वल्लों खालसा साजना दिवस नूं समर्पित अज दे इस महान नगर कीर्तन विच पातशाह जी दी पार बख्शे सदका संगतां शामिल हो रही हैं। सारियां नूं गुरु साहिब की बख्शी फतेह प्रवान होवे जी। वाहिगुरू जी का खालसा वाहिगुरू जी की फतेह। सच्चे पातशाह ने बहुत रहमत की है जो सानू इस भागा समा बख्शिया है। सच्चे पातशाह इस तरह ही समूह संसार विच वसदे नाम लेवा सिख संगतां ते पूरी लोकाई ते अपनी कृपा मेहरामत बनाई रखन ता जो इस सारी सृष्टि नू जो ये मनुखा जन्म मिलिया है इसका लाहा लिया जा सके। वाहेगुरू जी का खालसा वाहेगुरू जी की फतेह। वाहे खालसा वाहेगुरू फतेह। खुशी दे मौके ते की कहना चाहोगे जी? समूह संगत नू बहुत बहुत वधाइया खालसे दे जन्म दिहाड़े दियाँ बहुत बहुत वधाइया। वाहेगुरू खालसा वाहेगुरू फतेह। वाहेगुरू जी का खालसा वाहेगुरू जी की फतेह। गुरु प्यारी साध संगत जी ਬਿਆਨਾਂ ਦੀ ਸਮੂਹ ਸੰਗਤ ਵੱਲੋਂ ਜੋ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਸ ਨੂੰ ਵੇਖਦੇ ਹੋਏ ਪੂਰੀ ਸੰਗਤ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਇੱਥੇ ਪਹੁੰਚੀ ਹੋਈ ਹੈ। ਸਾਰੀ ਆਸਟਰੀਆ ਬਿਆਨਾਂ ਦੀ ਸੰਗਤ ਬਹੁਤ ਖੁਸ਼ ਹੈ ਅਤੇ ਇਸ ਤਰ੍ਹਾਂ ਹੀ ਸਾਰੀਆਂ ਸੰਗਤਾਂ ਨੂੰ ਆਦੇਸ਼ ਜਾਂਦਾ ਹੈ ਕਿ ਇਸ ਤਰ੍ਹਾਂ ਹੀ ਆਪਣੇ ਗੁਰੂ ਮਹਾਰਾਜ ਨਾਲ ਪਿਆਰ ਕਰਨ। ਇਸ ਤਰ੍ਹਾਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚ ਕੇ ਸੰਗਤ ਬੜੇ ਉਤਸ਼ਾਹ ਦੇ ਨਾਲ ਗੁਰੂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਦਾ ਬਹੁਤ ਹੀ ਵਧਾਈਆਂ ਜੀ ਤੁਹਾਨੂੰ ਜੀ। ਮਹਾਰਾਜ ਦੇ ਚਰਨ ਦੇਣੀਆਂ ਖੁਸ਼ੀਆਂ ਨਗਰ ਕੀਰਤਨ ਨਿਕਲਿਆ ਬਹੁਤ ਖੁਸ਼ੀ ਦੀ ਗੱਲ ਆ ਜੀ। ਸਾਰੀਆਂ ਸੰਗਤਾਂ ਮਿਹਨਤ ਕਰ ਰਹੀਆਂ ਬਹੁਤ। ਨੌਜਵਾਨ ਸਾਡੇ ਨਾਲ ਜੁੜੇ ਆ ਵੇਖੋ ਸੇਵਾ ਕਰ ਰਹੇ ਆ ਲੰਗਰਾਂ ਦੀ ਨਾਨਾ ਪ੍ਰਕਾਰ ਦੀ ਸੇਵਾ ਕਰ ਰਹੇ ਆ। ਨੌਜਵਾਨ ਕੀ ਕਹਿਣਾ ਚਾਹੋਗੇ ਅੱਜ ਖੁਸ਼ੀ ਦੇ ਮੌਕੇ ਜੀ? ਪਹਿਲਾਂ ਤਾਂ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਜੀ। ਅਤੇ ਇੱਧਰ ਸੇਵਾ ਦਾ ਫੁੱਲ ਚੱਲ ਰਿਹਾ ਵਾ ਹੈ ਨਾ, ਚਾਹ ਪਕੌੜੇ ਵਗੈਰਾ ਹੋਰ ਸਮੋਸੇ ਸਾਰੀ ਸੇਵਾ ਚੱਲ ਰਹੀ ਆ ਜੀ। ਥੈਂਕ ਯੂ ਜੀ। ਸੋ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਮਤਲਬ ਆਪਣੇ ਨਗਰ ਕੀਰਤਨ ਦੀਆਂ ਵਧਾਈਆਂ ਜੀ। ਵਾਹਿਗੁਰੂ ਜੀ। ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਅੱਜ ਖੁਸ਼ੀ ਦਾ ਮੌਕਾ ਵਿਸਾਖੀ ਦਾ ਆਪਾਂ ਨਗਰ ਕੀਰਤਨ ਕਰ ਰਹੇ ਹਾਂ? ਸਮੂਹ ਬਿਆਨਾਂ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਿਸਾਖੀ ਦੇ ਦਿਵਸ ਦੀਆਂ। ਵਾਹਿਗੁਰੂ ਜੀ ਕਾ ਖਾਲਸਾ। ਲੰਗਰ ਦੀ ਸੇਵਾ ਬਹੁਤ ਚੱਲ ਰਹੀ ਹੈ ਜੀ ਇੱਥੇ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਵੇਖੋ ਬਹੁਤ ਨਾਨਾ ਪ੍ਰਕਾਰ ਦੇ ਪਦਾਰਥ ਸੰਗਤਾਂ ਨੂੰ ਛਕਾ ਰਹੇ ਆ। ਨੌਜਵਾਨ ਜੀ ਆਪਣਾ ਕੀ ਨਾਮ ਹੈ? ਆਪਣਾ ਨਾਮ ਭਾਅ ਜੀ ਸੁਖਵਿੰਦਰ ਸਿੰਘ ਹੈਗਾ। ਕਿਹੜੀ ਜਗ੍ਹਾ ਤੋਂ ਆਏ ਭਾਅ ਜੀ? ਅਫਗਾਨਿਸਤਾਨ ਤੋਂ ਹੈਗੇ। ਗੁਰੂ ਪਿਆਰਿਓ ਅਫਗਾਨੀ ਸੰਗਤਾਂ ਪੂਰੇ ਵਰਲਡ ਦੇ ਵਿੱਚ ਛਾਈਆਂ ਵਾ, ਬਹੁਤ ਵੱਡੇ ਬਿਜ਼ਨਸ ਆ। ਬਰੋਡਵੇ ਦੇ ਉੱਤੇ ਇਹਨਾਂ ਦੱਸ ਦਿੱਤਾ ਗੋਰਿਆਂ ਨੂੰ ਕਿੱਦਾਂ ਬਿਜ਼ਨਸ ਕਰੀਦੇ ਆ। ਜਿੱਥੇ ਬਿਜ਼ਨਸ ਦੇ ਵਿੱਚ ਮਾਰ ਆ ਉੱਥੇ ਸੇਵਾ ਦੇ ਵਿੱਚ ਵੀ ਇਹਨਾਂ ਦਾ ਨੰਬਰ ਆ। ਅਤੇ ਕੀ ਕਹਿਣਾ ਚਾਹੋਗੇ ਜੀ? ਬਸ ਬਹੁਤ ਖੁਸ਼ੀ ਦਾ ਗੱਲ ਹੈ ਜੀ, ਅਤੇ ਬਹੁਤ ਖੁਸ਼ੀ ਦੀ ਗੱਲ ਹੈ। ਅਤੇ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਕਿ ਇਹ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕੀ ਫਤਿਹ। ਸਾਰੇ ਇਹੀ ਕਹਿਣ ਚਾਹਾਂਗੇ ਕਿ ਅਸੀਂ ਯੂਰੋਪ ਦੇ ਧਰਤੀ ਤੇ ਆ ਕੇ ਵੀ ਅਸੀਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ। ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਿੱਸਾ ਲਓ ਅਤੇ ਹਰ ਗੁਰਪੁਰਬ ਨੂੰ ਵੱਧ ਚੜ੍ਹ ਕੇ ਮਨਾਓ। ਦੇਸ਼ਾਂ ਵਿਦੇਸ਼ਾਂ 'ਚ ਵੱਜਦੀਆਂ ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਹੀ ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਜੋ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜੋ ਸਿੱਖੀ ਦਾ ਬੂਟਾ ਲਾਇਆ ਹੈ ਇਹ ਇਸੇ ਤਰ੍ਹਾਂ ਹੀ ਵਾਧਾ ਫੁੱਲਦਾ ਰਹੇ, ਦੇਸ਼ਾਂ ਵਿਦੇਸ਼ਾਂ ਵਿੱਚ ਇਸਦੀਆਂ ਧੁੰਮਾਂ ਪੈਣ। ਸਾਡੀ ਗੁਰੂ ਮਹਾਰਾਜ ਕੀ ਅਰਦਾਸ ਹੈ, ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਕਿਰਪਾ ਕਰੇ ਬਣਾਈ ਰੱਖਣਾ ਜੀ। ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਤੋਂ ਲੱਖ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਭਾਈ ਸਾਹਿਬ ਜੀ ਆਪਣਾ ਕੀ ਨਾਮ? ਸ਼ੋਭ ਰਾਜਵੀਰ ਸਿੰਘ। ਰਾਜਵੀਰ ਸਿੰਘ ਜੀ ਕਿੰਨੇ ਚਿਰਾਂ ਤੋਂ ਇਹ ਤੁਸੀਂ ਸੇਵਾ ਕਰ ਰਹੇ ਜੀ? ਅਸੀਂ ਵਾਹਿਗੁਰੂ ਜੀ ਹਰ ਸਾਲ ਕਰਦੇ ਹਾਂ। ਹੁਣ ਤਾਂ ਅਸੀਂ ਸਵੇਰ ਦੇ 6 ਵਜੇ ਦੇ ਇੱਥੇ ਆ ਕੇ ਤਿਆਰੀ ਕੀਤੀ ਪਹਿਲਾਂ ਜੀ, ਅਤੇ ਹੁਣ ਸੰਗਤਾਂ ਨੂੰ ਵਰਤਾ ਰਹੇ ਹਾਂ ਸਮੋਸੇ। ਅਤੇ ਵਧਾਈਆਂ ਦੇ ਦਿਓ ਸਾਰੀਆਂ ਸੰਗਤਾਂ ਨੂੰ। ਸਾਰੀ ਸੰਗਤ ਨੂੰ ਵਧਾਈਆਂ ਆਪਣੀ ਵਿਸਾਖੀ ਦੀਆਂ ਅਤੇ ਸਰਬੱਤ ਦਾ ਭਲਾ, ਚੜ੍ਹਦੀ ਕਲਾ, ਵਾਹਿਗੁਰੂ ਬਖਸ਼ੇ ਸਾਰਿਆਂ ਨੂੰ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ। ਅੱਜ ਖੁਸ਼ੀ ਦਾ ਮੌਕਾ ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਮੁਬਾਰਕਾਂ ਭਾਅ ਜੀ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਇਹ ਸ਼ੁਭ ਦਿਹਾੜਾ ਜੋ ਆਇਆ ਹੈ ਬਹੁਤ ਹੀ ਚੰਗਾ ਹੈ। ਮਹਾਰਾਜ ਸੰਗਤਾਂ ਨੇ ਬਹੁਤ ਹੀ ਵਧੀਆ ਉਤਸ਼ਾਹ ਦੇ ਨਾਲ ਮਨਾ ਰਹੇ ਨੇ। ਇਹ ਆਪਣੇ ਇੱਕ ਇਤਿਹਾਸ ਦੇ ਵਿੱਚ ਬਹੁਤ ਹੀ ਚੰਗਾ ਦਿਹਾੜਾ ਹੈ। ਖਾਲਸਾ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਸ਼ੁਭ ਨਾਮ ਭਾਈ ਸਾਹਿਬ? ਹਰਪ੍ਰੀਤ ਸਿੰਘ ਪੰਮਾ। ਹਰਪ੍ਰੀਤ ਸਿੰਘ ਜੀ ਕਿੰਨੇ ਸਾਲ ਹੋ ਗਏ ਇੱਥੇ ਆਇਆਂ ਨੂੰ? ਇੱਥੇ ਆਇਆਂ ਨੂੰ 32-33 ਸਾਲ ਹੋ ਗਏ। ਉਦੋਂ ਕਿੰਨੇ ਕੁ ਸਿੱਖ ਇੱਥੇ ਰਹਿੰਦੇ ਜਦੋਂ ਤੁਸੀਂ ਆਏ ਜੀ? ਸਿੱਖ ਉਦੋਂ 4,000 ਦੇ ਕਰੀਬ ਸੀਗਾ ਜੀ। ਅੱਜ ਕਿੰਨੇ ਗਿਆ? ਅੱਜ ਤਾਂ ਮੇਰੇ ਖਿਆਲ 10,000-15,000 ਦੇ ਕਰੀਬ। ਬੜੀ ਕਿਰਪਾ ਜੀ, ਅਤੇ ਅੱਜ ਵਿਸਾਖੀ ਦਾ ਦਿਹਾੜਾ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਬਿਆਨਾਂ ਦੇ ਵਿੱਚ ਕੋਵਿਡ ਤੋਂ ਬਾਅਦ ਨਗਰ ਕੀਰਤਨ ਕੱਢਿਆ ਜਾ ਰਿਹਾ। ਬੜੀ ਚੜ੍ਹਦੀ ਕਲਾ ਦੇ ਵਿੱਚ ਸੰਗਤਾਂ ਨੇ ਪ੍ਰਬੰਧ ਕੀਤੇ ਹੋਏ ਆ। ਸਾਰਿਆਂ ਨੂੰ ਪੂਰੀ ਦੁਨੀਆ ਵਿੱਚ ਧੂਮਧਾਮ ਨਾਲ ਆਪਣੇ ਜਿੰਨੇ ਵੀ ਸਿੱਖਾਂ ਦੇ ਤਿਉਹਾਰ ਆ ਉਹ ਮਨਾਉਣੇ ਚਾਹੀਦੇ ਆ, ਕਿਉਂਕਿ ਅਗਾਂਹ ਬੱਚਿਆਂ ਨੂੰ ਨਾਲ ਆਪਣੇ ਜੁੜੇ ਰਹਿਣਗੇ ਤਾਂ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ, ਆਪਣੀਆਂ ਪਰੰਪਰਾਵਾਂ ਬਾਰੇ ਪਤਾ ਲੱਗਦਾ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਲੇਵਾ ਨਾਨ ਲੇਵਾ। ਸਾਰੀਆਂ ਗੁਰਸੰਗਤ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਾਲਸਾ ਦੇ ਸਾਜਨਾ ਦਿਵਸ 'ਤੇ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਅੱਜ ਦਾ ਦਿਨ ਸਾਜਨਾ ਦਿਵਸ ਦੇ ਨਾਲ ਨਾਲ ਸੰਪੂਰਨਤਾ ਦਿਵਸ ਵੀ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 250 ਸਾਲ ਤੱਕ ਦਸਾਂ ਗੁਰੂਆਂ ਨੇ 250 ਸਾਲ ਤੱਕ ਜੋ ਰਚਿਆ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਸੰਪੂਰਨ ਕੀਤਾ, ਅਤੇ ਖਾਲਸਾ ਸਜਾ ਕੇ ਸਾਨੂੰ ਇੱਕ ਪਲੇਟਫਾਰਮ ਦੇ ਉੱਤੇ ਸਾਰਿਆਂ ਨੂੰ ਖੜਾ ਕੀਤਾ, ਜਿਹਦੇ ਵਿੱਚ ਨਾ ਕੋਈ ਊਚ ਨੀਚ ਮੈਂ ਮੇਰੀ ਤੋਂ ਦੂਰ ਕਰਕੇ, ਜਿਹਦੇ ਵਿੱਚ ਸਾਡੇ ਅਸੀਂ ਕਹਿੰਦੇ ਹਾਂ ਕਿ ਮੈਂ ਜੱਟ ਛੀਂਬਾ ਲਵਾਣਾ ਝੂਰ ਜਿਹੜੇ ਇਹਨਾਂ ਜਾਤਾਂ ਪਾਤਾਂ ਤੋਂ ਉੱਥੇ ਚੁੱਕ ਕੇ ਸਾਨੂੰ ਖਾਲਸਾ ਸਜਾ ਕੇ ਇੱਕ ਪਲੇਟਫਾਰਮ 'ਤੇ ਖੜਾ ਕਰ ਦਿੱਤਾ। ਅੱਜ ਉਹ ਸੰਪੂਰਨਤਾ ਦਿਵਸ ਵੀ ਹੈ ਅਤੇ ਖਾਲਸਾ ਦਿਵਸ ਵੀ ਹੈ। ਸਾਰੀਆਂ ਸਿੱਖ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀਆਂ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਾਰੀਆਂ ਵਿਆਹਾਂ ਦੀ ਸਮੂਹ ਸਾਧ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਅਤੇ ਜੋ ਵੇਖੋ ਠਾਠਾਂ ਮਾਰਦਾ ਇਕੱਠ, ਧੰਨ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜੋ ਮਹਾਨ ਨਗਰ ਕੀਰਤਨ ਵਿਆਹਾਂ ਦੀ ਧਰਤੀ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਸੰਗਤਾਂ ਰਲ ਮਿਲ ਕੇ ਮਨਾ ਰਹੀਆਂ ਨੇ, ਬਹੁਤ ਹੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਆ ਕਿ ਸਤਿਗੁਰ ਦੀ ਮਿਹਰ ਨਾਲ ਸੰਗਤਾਂ ਤਨ ਕਰਕੇ ਮਨ ਕਰਕੇ ਧਨ ਕਰਕੇ ਲਾਹੇ ਲੈ ਰਹੀਆਂ ਨੇ। ਇਹੀ ਵੇਲਾ ਵਾ, ਸਮੇਂ ਅਤੇ ਸਵਾਸਾਂ ਤੋਂ ਪੂਰਾ ਲਾਹਾ ਲਓ ਜੀ। ਸੋ ਸਤਿਸੰਗਤ ਜੀ, ਮੇਰੀ ਸਾਡੇ ਜੋ ਨਗਰ ਕੀਰਤਨ ਵਾ ਮਨਾਏ ਤਾਂ ਹੀ ਸਫਲੇ ਆ ਜੇ ਅਸੀਂ ਇਸ ਨਗਰ ਕੀਰਤਨ ਦੇ ਵਿੱਚੋਂ ਕੁਛ ਲੈ ਕੇ ਜਾਈਏ। ਜੇ ਉਹ ਹੀ ਖਾ ਪੀ ਕੇ ਚੱਲ ਕੇ ਰੌਣਕ ਮੇਲਾ ਵੇਖ ਕੇ ਇਸ ਨਗਰ ਕੀਰਤਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਇਹੀ ਅਰਦਾਸ ਆ ਕਿ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ੇ। ਜਿਨ੍ਹਾਂ ਖੰਡੇ ਬਾਟੇ ਦੀ ਪੌਲ ਲਈ ਉਹ ਵਡਭਾਗੇ ਨੇ, ਦੂਜੇ ਵੀ ਜਿਨ੍ਹਾਂ ਨਹੀਂ ਛਕਿਆ ਉਹ ਵੀ ਅੱਜ ਪ੍ਰਣ ਕਰਕੇ ਜਾਣ ਕਿ ਹੇ ਗੁਰੂ ਕਲਗੀਧਰ ਪਾਤਸ਼ਾਹ ਜੀ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਖੰਡੇ ਬਾਟੇ ਦੀ ਪੌਲ ਬਖਸ਼ੋ, ਅਤੇ ਇਸੇ ਤਰ੍ਹਾਂ ਹੀ ਤੇਰੇ ਦਰ ਦੇ ਸੇਵਕ ਬਣੇ ਰਹੀਏ। ਹੋਰ ਸਾਧ ਸੰਗਤਾਂ, ਇਹ ਸਾਧ ਸੰਗਤ ਜੀ ਵੇਖੋ ਲਿੰਸ ਤੋਂ, ਸਾਲਸਬਰਗ ਤੋਂ, ਜਿੱਥੋਂ ਵੀ ਚੱਲ ਕੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਮੇਟੀ ਦੇ ਤੌਰ ਸਾਰੀ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ। ਬੋਲਦਿਆਂ ਚੱਲਦਿਆਂ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸੈਕਿੰਡ ਦੀ ਬਿਆਨਾਂ ਦੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਾਗੇ ਦੀ ਆਲੇ ਲੋਏ 'ਤੇ ਫੁਨ ਵਿਆਨਾ ਵਿਨ ਵੋਨ ਇਹਦੇ ਵਿਨ ਵੋਨ ਵੇ ਹਾਥ ਫੋਨਸ ਵੀ ਇਹ ਤਾ ਵੇਗਨ ਦਿਹਾੜੇ ਨੂੰ ਸਮਰਪਿਤ ਸਾਰੀਆਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਡੇ ਝੂਲਦੇ ਨੇ ਗਾਰੇ ਆਉਂਦੇ ਵੱਜਦੇ ਆ ਗਏ ਮੇਰੇ ਸੱਚੇ ਪਾਤਸ਼ਾਹ। ਚੰਡੇ ਝੂਲਦੇ ਨੇ ਗਾਰੇ ਆਉਂਦੇ ਵੱਜਦੇ ਆ ਗਏ ਮੇਰੇ ਸੱਚੇ ਪਾਤਸ਼ਾਹ। ਸਭ ਸੰਗਤਾਂ ਨੂੰ ਹੋਣ ਵਧਾਈਆਂ ਜੀ, ਸਭ ਸੰਗਤਾਂ ਨੂੰ ਹੋਣ ਵਧਾਈਆਂ ਜੀ। ਠੰਡੇ ਝੂਲ ਦੇ ਨਗਾਰੇ ਆਉਂਦੇ ਵੱਜਦੇ ਆ ਗਏ ਮੇਰੇ ਸੱਚੇ ਪਾਤਸ਼ਾਹ।
ਚੰਡ ਝੂਲ ਦੇ ਨਗਾਰੇ ਆਉਂਦੇ ਵੱਜਦੇ ਆਗੇ ਮੇਰੇ ਸੱਚੇ ਪਾਤਸ਼ਾਹ ਬਹੁਤ ਜਨਮ ਵਿਸਰੇ ਥੇ ਮਾਧੋ ਬਹੁਤ ਜਨਮ ਵਿਸਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਵਾਹਿਗੁਰੂ 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 ਹੋਰ ਵੀ ਸਾਰੇ ਵੀਰ ਭਰਾ ਵਿਆਨਾਂ ਦੀ ਸਮੂਹ ਸਾਧ ਸੰਗਤ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਵੀਰ ਭਰਾ ਸਾਰੇ ਲਾਹੇ ਲੈ ਰਹੇ ਨੇ ਹੋਰ ਵੀ ਸੰਗਤਾਂ ਤੋਂ ਇਸੇ ਤਰ੍ਹਾਂ ਹੀ ਮਹਾਰਾਜ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ੇ ਅਤੇ ਆਪਣੇ ਦਰ ਘਰ ਦੀ ਸੋਝੀ ਬਖਸ਼ੇ ਹੁਣ ਮੈਂ ਆਪਣੇ ਵੀਰ ਸਾਡੇ ਜੋ ਐੱਸ ਜੀ ਓ ਦੇ ਪ੍ਰਧਾਨ ਵਾ ਵੀਰ ਹਰਮਨ ਸਿੰਘ ਜੀ ਉਹ ਸੰਗਤਾਂ ਨੂੰ ਥੋੜ੍ਹਾ ਬਹੁਤਾ ਜਾਣਕਾਰੀ ਦੇਣਗੇ ਜੀ ਨਗਰ ਕੀਰਤਨ ਬਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਸਿੱਖਾਂ ਕਿੱਥੇ ਨਾ ਕਿੱਥੇ 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 ਵਸੇ ਹੋਏ ਆ ਪੂਰੇ ਵਰਲਡ ਦੇ ਵਿੱਚ, ਅੱਜ ਪੂਰੇ ਵਰਲਡ ਦੇ ਵਿੱਚ ਸਿੱਖ ਵਸੇ ਹੋਏ ਨੇ ਅਤੇ ਆਹ ਸਿੱਖ ਪਹਿਰਾਵਾ ਸਿੱਖੀ ਪਹਿਚਾਣ ਜਿਹੜੀ ਆ ਇਹ ਨਗਰ ਕੀਰਤਨ ਵਿੱਚ ਝਲਕਾਰਾਂ ਮਾਰ ਰਹੀ ਆ। ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਆ ਜਿਹੜਾ ਅਸੀਂ ਅੱਜ ਪੂਰੇ ਵਰਲਡ ਦੇ ਵਿੱਚ ਆਪਣਾ ਸਿੱਖੀ ਜੀਵਨ ਖੁੱਲ੍ਹੇ ਤੌਰ 'ਤੇ ਬਤੀਤ ਕਰ ਸਕਦੇ ਹਾਂ। ਇੱਥੇ ਆ ਕੇ ਵੇਖੋ ਪੁਲਿਸ ਦੀਆਂ ਗੱਡੀਆਂ ਅੱਗੇ ਲੱਗੀਆਂ ਨੇ, ਸਾਨੂੰ ਐਸਕੌਰਟ ਕਰਦੀਆਂ ਨੇ ਅਤੇ ਉਹਨਾਂ ਸਿੰਘਾਂ ਦੀ ਅਗਵਾਈ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੈਰਵਾਈ ਦੇ ਵਿੱਚ ਅੱਜ ਸਾਰੇ ਕਾਰਜ ਹੋ ਰਹੇ ਨੇ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨੇ ਸਿੱਖ ਚੈਨਲ ਵਾਲੇ ਵੇਖਣ ਵਾਲਿਆਂ ਨੂੰ। ਹੋਰ ਮੈਂ ਵੀਰ ਨੂੰ ਪੁੱਛੂੰਗਾ ਪਰਮਿਸ਼ਨ ਦੇ ਵਿੱਚ ਕਿੰਨੀ ਕੁ ਦਿੱਕਤ ਆਈ ਕਿ ਜਾਂ ਨਰਮਾ ਸੌਖੀ ਮਿਲ ਗਈ ਤੁਹਾਨੂੰ? ਇਹ ਪਰਮਿਸ਼ਨ 'ਚ ਦਿੱਕਤਾਂ ਇਹ ਸੀਗੀਆਂ, ਸਾਨੂੰ ਇਹ ਸੀਗਾ ਵੀ ਜਿਹੜੀ ਸ਼੍ਰੀ ਸਾਹਿਬ ਸਾਡੀ ਇਹੀ ਪਾਉਂਦੇ ਹਾਂ ਵੀ ਇਹਦੇ 'ਤੇ ਸ਼ਾਇਦ ਓਬਜੈਕਸ਼ਨ ਲਾ ਦੇਣ ਸਾਨੂੰ, ਕਿਉਂਕਿ ਇਹ ਇੱਕ ਸਿੱਖ ਦੀ ਪਹਿਚਾਣ ਹੈ। ਮੇਨ ਚੀਜ਼ ਜਿਹੜੀ ਇਹ ਸੀਗੀ ਕਿ ਗੋਰਿਆਂ ਨੂੰ ਦੱਸਣਾ ਸੀ ਅਸੀਂ ਕਿ ਕਕਾਰਾਂ ਦੀ ਅਹਿਮੀਅਤ ਕੀ ਹੈ ਸਿੱਖ ਵਾਸਤੇ। ਤਾਂ ਬਹੁਤ ਬਹੁਤ ਧੰਨਵਾਦ ਸਾਡੇ ਐੱਸ ਜੀ ਓ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਬੜੀ ਹੀ ਸ਼ਰਧਾ ਦੇ ਭਾਵਨਾ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੇਵਾਵਾਂ ਨਿਭਾ ਰਿਹਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗ੍ਰੰਥੀ ਸਿੰਘ ਨੂੰ ਕਹੂੰਗਾ ਉਹ ਵੀ ਸੰਗਤਾਂ ਵਿੱਚ ਥੋੜ੍ਹੀ ਜਿਹੀ ਫਤਿਹ ਦੀ ਸਾਂਝ ਪਾਉਣ ਜੀ। ਹਾਂਜੀ, ਅੱਜ ਦੇ ਜੋ ਪ੍ਰੋਗਰਾਮ ਬਾਰੇ ਜੋ ਖਾਲਸਾ ਸਾਜਨਾ ਦਿਵਸ ਨਿਕਲ ਰਿਹਾ, ਮੈਂ ਸਾਡੇ ਗੁਰੂ ਘਰ ਦੇ ਵਜ਼ੀਰ ਵਾ ਇਹਨਾਂ ਕੋਲ ਪੁੱਛਾਂਗੇ ਉਹ ਥੋੜ੍ਹਾ ਬਹੁਤ ਸੰਗਤ ਨੂੰ ਦੱਸਣ ਇਹਦੇ ਬਾਰੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਅੱਜ ਸਮੂਹ ਸੰਗਤਾਂ ਵਿਆਨਾਂ ਦੀਆਂ ਆਸਟ੍ਰੇਲੀਆ ਦੇ ਰਲ ਮਿਲ ਕੇ ਖਾਲਸਾ ਪ੍ਰਗਟ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਅੱਜ ਮਹਾਨਗਰ ਕੀਰਤਨ ਨਿਕਲ ਰਿਹਾ ਹੈ। ਸੋ ਸੰਗਤਾਂ ਬਹੁਤ ਸੰਗਤਾਂ ਸ਼ਮੂਲਤ ਕਰ ਰਹੀਆਂ ਹਨ। ਸੋ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਸੰਗਤਾਂ ਰਲ ਮਿਲ ਕੇ ਸੇਵਾਵਾਂ ਕਰ ਰਹੀਆਂ ਹਨ। ਪ੍ਰਬੰਧਕ ਕਮੇਟੀ ਦਾ ਸਹਿਯੋਗ ਹੈ ਨਾਲ। ਸੋ ਸਾਰਿਆਂ ਦਾ ਧੰਨਵਾਦ, ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਤਿਕਾਰਯੋਗ ਭਾਈ ਪਿਆਰਾ ਸਿੰਘ ਜੀ ਇਹ ਵੀ ਥੋੜ੍ਹੀ ਬਹੁਤ ਸੰਗਤ ਨੂੰ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਲੇਵਾ ਸਾਧ ਸੰਗਤ ਨੂੰ ਸਾਰੀ ਜਿੱਥੇ ਜਿੱਥੇ ਵੀ ਵੱਧਦੀ ਆ ਮੇਰੀ ਵੱਲੋਂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਵੀਰ ਗਰਜਾ ਸਿੰਘ ਜੀ ਆ ਸਾਡੇ ਕਮਿਸ਼ਨਰ ਸਾਹਿਬ, ਸਾਡੇ ਬਹੁਤ ਸਤਿਕਾਰਯੋਗ ਨੇ, ਉਹਨਾਂ ਨੂੰ ਕਹਾਂਗੇ ਵੀ ਉਹ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੋਈ ਸੰਗਤਾਂ ਨੂੰ ਆਪਣੇ ਬਾਰੇ ਕੁਛ ਦੱਸਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਮ ਲੇਵਾ ਸਮੁੱਚੀਆਂ ਸਿੱਖ ਸੰਗਤਾਂ ਨੂੰ, ਦਾਸ ਵੱਲੋਂ ਅਤੇ ਆਸਟ੍ਰੇਲੀਆ ਦੀ ਸਮੁੱਚੀ ਸਾਧ ਸੰਗਤ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ, ਗੁਰਸਿੱਖਾਂ ਮਨ ਵਧਾਈਆਂ। ਬੜੀ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ, ਸੰਗਤਾਂ ਦਾ ਅਥਾਹ ਪਿਆਰ ਸਤਿਕਾਰ ਜੋਸ਼ ਵੇਖ ਕੇ ਮਨ ਗਦਗਦ ਹੋ ਰਿਹਾ ਹੈ। ਸਤਿਗੁਰੂ ਦਾ ਕੋਟਾਨ ਕੋਟ ਧੰਨਵਾਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਕੌਮ ਨੂੰ ਇਸੇ ਹੀ ਤਰ੍ਹਾਂ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦੀਪ ਸਿੰਘ ਜੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ, ਉਹ ਵੀ ਸੰਗਤ ਨੂੰ ਕੁਛ ਮਹਾਰਾਜ ਦੇ ਖਾਲਸੇ ਦੇ ਸਾਜਨਾ ਦਿਵਸ ਨੂੰ ਦੱਸਣਗੇ ਜੀ। ਸਮੂਹ ਸੰਸਾਰ ਵਿੱਚ ਵੱਸਦੇ ਗੁਰੂ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ, ਵਿਆਨਾ ਆਸਟ੍ਰੀਆ ਪੂਰੇ ਆਸਟ੍ਰੀਆ ਦੀ ਸਮੂਹ ਸਾਧ ਸੰਗਤ ਵੱਲੋਂ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਾਣੀ ਬਾਣੇ ਦੀ ਦਾਤ ਬਖਸ਼ਣ, ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਣ, ਤਾਂ ਜੋ ਅਸੀਂ ਇੱਕਮੁੱਠ ਹੋ ਕਰਕੇ ਅੱਜ ਦੇ ਇਸ ਕਲਯੁਗ ਸਮੇਂ ਵਿੱਚ ਬਾਣੀ ਬਾਣੇ ਦੇ ਨਾਲ ਜੁੜ ਕੇ ਮਨੁੱਖਤਾ ਦੇ ਭਲੇ ਵਾਸਤੇ, ਸਰਬੱਤ ਦੇ ਭਲੇ ਵਾਸਤੇ ਵੱਧ ਤੋਂ ਵੱਧ ਸੇਵਾ ਕਰੀਏ। ਇਹ ਨਗਰ ਕੀਰਤਨ ਸਾਡਾ ਸਜਾਉਣ ਦਾ ਅਸਲੀ ਮਕਸਦ ਇਹੀ ਹੋਵੇਗਾ, ਨਾ ਕਿ ਸਿਰਫ
एक खाना पूर्ति होवे, जो पातशाह जी का संदेश है पीवो अमृत खंडे धार हो जन्म सुहेला, वाह वाह गोबिंद सिंह आपे गुरचेला। सो साध संगत जीओ, आप सारिया ने ही पातशाह जी के हुक्म मानद्या होया, मन दियाँ कमजोरियां दूर करद्या होया, जो पिछला समा लंघ गया है उसनू पातशाह जी दे अगे बेनती करिए कि पातशाह जीओ अणजाण पुणे विच जो समा बतीत हो गया है बख्श देना, अगाह वास्ते समत बख्शो, सानू सारिया नू खंडे बाटे की पहल बख्श के गुरसिखी जीवन बख्शो, ता जो असी भी गुरु वाले हो के माण सत्कार दे नाल ये अपना मनुखा जीवन बतीत करिए। समूह साध संगत नू एक बार फिर खालसा साजना दिवस दियां लख लख वधाइयां होवन जी, होईयां भुल्लां चुक्कां दी खिमा। वाहेगुरू जी का खालसा, वाहेगुरू जी की फतेह। पुछांगे वे अज दे जो महान नगर कीर्तन कढ़िया जा रहा उहदे बारे को संगतां नूं दो बोल सांझे करन। वाहेगुरू जी का खालसा, वाहेगुरू जी की फतेह। सब जाना साध संगतां अगे बहुत बहुत खुशी भरा दिन आया, सारिया संगतां नूं लख लख वधाइयां। ते खालसा दिवस महाराज सच्चे पातशाह ने 1699 की विसाखी वाले दिन ये खालसा दिवस की साजना की। पंज प्यारे साज के सीधे रस्ते पाण दा सिख कौम नूं रस्ता दस्या सी, ते उस खुशी दे विच अज व्याना की संगत वालों रल के हुम हमा के नगर कीर्तन कढ़िया जा रहा है। तो सारिया संगतों लख लख वधाइया। तो काल चानन जो सारे जो भी कोई प्रोग्राम आता है सेवा करती है, इन्हों की भी बहुत बहुत इन्हों भी वधाइया। और ये आए साल उत्साह करके संगत जड़िया ने यह नगर कीर्तन की सेवा कर दिया ने, ते सारे व्याना दगतों लख लख वधाइया। तो चढ़ती कला बोले सो निहाल सत्री अकाल। होर साडा जो सिख चैनल वा इन्हां दी बड़ी वड्डी देण वा, ये आत सेवावान नभाउंदे नभाउंदे आ, पर इन्हां ने इंडिया दे विच जाके भी बड़े जिथे कि लोड़ हुंदी है उत्थे भी अपनी सेवावान वध तों वध चढ़ के नभाउंदे। धन्नवाद इन्हां दा। होर साढ़े 12 वाले कमेटी के मैंबर उन्हां नाल भी गल करांगे, उस संगत नूं थोड़ा दसणगे। भाई साहब जी दस्सो अज खासा साजना दी। वाहेगुरू जी का खालसा, वाहेगुरू जी की फतेह। अज व्याना विच तिन्ना ही गुरु घर ने रल मिल के गुरु की खुशियां वास्ते गुरु साजना दिवस जो खालसे का साजना दिवस है उसनू मनाया है। दास वालों सारिया ही संगतां नू बहुत बहुत वधाइयां खालसा दिवस दियां। अज साहबजादा बाबा जुझार सिंह उन्हां दा भी जन्म दिहाड़ा है, उहदियां भी बहुत बहुत संगतां नू वधाइयां। इस तरह ही असी खालसा साजना दिवस नू याद करते हुए संगतां विच इदां ही प्रभात फेरियां जो नगर कीर्तन हन उन्हां नू कढ़दे रहीए, ते गुरु साहब दियां खुशियां प्राप्त करते रहीए। मेरी सारे ही जगत नू अते संगतां नू बेनती है कि असी वध तों वध गुरु वाले बणीए। खंडे अमृत खंडे दा अमृत छकीए ते गुरु वाले बणीए। वाहेगुरू जी का खालसा, वाहेगुरू जी की फतेह। आज साढ़े भाई साहब जी उन्हां दा जिन्हां ने सतगुरु दे जो मार्ग ते चलण दा उपदेश दिता, वाहो प्रगटियो मर्द अगमड़ा वरियाम अकेला, वाहो वाहो गोबिंद सिंह आपे गुरचेला। ठाठा मारदा जो कठ धन धन साहिब श्री गुरु कलगीधर पातशाह दी अपार बख्शिश वा। साढ़े गुरु घर दे वजीर भाई बख्शीश सिंह जी वो संगतां नू विसाखी बारे दो शब्द कहणगे जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਗੁਰੂ ਨਾਨਕ ਨਾਮ ਲੇਵਾ ਗੁਰੂ ਪਿਆਰੀ ਸਾਧ ਸੰਗਤ ਨੂੰ ਦਾਸਾਂ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਦੀ ਸਭ ਤੋਂ ਪਹਿਲਾਂ ਲੱਖ ਲੱਖ ਵਧਾਈ ਹੋਏ। ਅਤੇ ਅੱਜ ਆਸਟਰੀਆ ਦੇ ਵਿੱਚ ਵਿਆਨਾ ਦੀ ਸਮੁੱਚੀ ਸਾਧ ਸੰਗਤ ਵੱਲੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਜੋ ਵਿਸ਼ੇਸ਼ ਤੌਰ 'ਤੇ ਖਾਲਸੇ ਦੇ ਸਾਜਨਾ ਦਿਵਸ 'ਤੇ ਅੱਜ ਨਗਰ ਕੀਰਤਨ ਸਜਾਇਆ ਗਿਆ ਹੈ, ਸੋ ਦਾਸਾਂ ਵੱਲੋਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਅਤੇ ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਖਾਲਸੇ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਰੱਖੇ। ਅਤੇ ਦਾਸ ਮੁੱਖ ਗ੍ਰੰਥੀ ਹੋਣ ਦੇ ਨਾਤੇ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰੇਗਾ, ਪ੍ਰੇਮ ਪਿਆਰ ਇਤਵਾਕ ਦੇ ਨਾਲ ਗੁਰੂ ਸੰਗਤਾਂ ਨਾਲ ਜਿਹੜੀਆਂ ਹਨ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਕੀਰਤਨ ਨਾਲ ਜੁੜਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਦਾ ਹੁਣ
साढ़े नाल बारह वाली कमेटी के भाई जरनैल सिंह जी वो खालसा साजना दिवस में समर्पित कुछ संगतान विचार अपने देंगे जी। वाहेगुरू जी का खालसा वाहेगुरू जी की फतेह। प्यारी साध संगत जी अज के शुभ दिहाड़े की सारे लख लख बधाई होवे। सच्चे पातशाह अज का जो शुभ दिहाड़ा है ये वाल वेख के मेरे वीर गुरु ने सिख बनो तो सिख कौम के उत्ते जो अज चल रहा है महाराज कृपा करे तुम चढ़दी कला च रखे सारे अमृत छा के गुरु वाले बनो तो विसाखी का दिहाड़ा चढ़दी कला बतीत हो। वाहेगुरू जी का खालसा वाहेगुरू जी की फतेह। धन्यवाद वा भाई साहब। ये भी बहुत साढ़े सत्कारयोग ने है भी साढ़े नगर के लागों ने कीर्तन की सेवा भी बहुत निभाते हैं तो इंडिया वेच जो बच्चिया के विह होंगे ने महापुरश ही कहूँगा मैं तो इन्हों का बहुत व्डा योगदान वा बड़ी सेवावान उत्थे इंडिया के भी धियां के विह होंगे भी अपना बहुत व्डा योगदान अपनी नेक कमाई चो होर भी संगतों की माया करके कट्ठी तिल फुल तो इंडिया में गरीब धियां के विह करते हैं जो भी उन्होंने दिता जाते हैं बस्तर जिदा बैड वा होर भी समान धियां बहुत इन्हों का व्डा भाई साहब जी का योगदान आ। ये बारे भाई साहब जी दसो जो धियां के उत्थे विह करते। प्यारी साध संगत ये सारा पैसा जिन्ना भी है हुण तक मेरी पेनशन साड़ी पैली का ठेका जां संगतां पैसे दिंदियां सारियां धियां दे विआह हुण तक हज़ार हज़ार सौ तक धियां दा विआह हो चुका है जिस विच गरीब का घर भी साढ़े पांच लख रुपया ला के ते ओह ही बनाया जाता है तो अमृत हज़ारां पुराणी छागे आ। गुरु कृपा करे तुहाडा सारा है दास का कुछ नहीं तुम सारे संजोग दें दे, महाराज कृपा करे तुहानू चढ़दियां कलां च रखे। वाहिगुरू जी का खालसा वाहिगुरू जी की फतेह। जो खालसे का साजना दिवस मना रही ने हुण साढ़े सत्कारयोग मेरे वीर थोड़ी संगत को वधाई देणगे। बस वाहे खालसा वाहे जी फतेह। समूह साध संगत को अज के नगर कीर्तन दियां बहुत बहुत वधाइयां। समूह प्रबंधक कमेटियां ने बहुत ही उपराले दे नाल वियाना दी ऑस्ट्रेलिया दी पूरी साध संगत ने पूरे उपराले दे नाल अज जो खालसा साजना दिवस ते जो नगर कीर्तन निकल रहे हैं आप जी समूह साध संगतां नूं बहुत बहुत वधाइयां। वाहिगुरू जी का खालसा वाहिगुरू जी की फतेह। वाहिगुरू 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 वाहिगुरू। वेखो किदां साडे काबली सिंह वध चढ़ के सेवावां निभा रहे ने झाड़ू की सेवा कर रहे जित ये भी होर भी जिन्नियां भी साडियां सिख संगतां वा वध चढ़ के सेवावां निभा रही। धन्यवाद आ सारे महाराज गुरु कलगीधर पातशाह सारिया सिख संगतां नूं खुशियां ते खेड़े बख्शे। ये भी संगतां नूं दसणगे अपने खालसा साजना दिवस नूं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੋ ਦੇਸ਼ ਵਿਦੇਸ਼ ਵਿੱਚ ਵਸ ਰਹੀ ਸਮੋ ਸਾਧ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਲੱਖਾਂ ਅਤੇ ਕਰੋੜਾਂ ਵਾਰ ਵਧਾਈਆਂ ਹੋਣ ਅਤੇ ਇੱਕ ਮਹਾਨ ਨਗਰ ਕੀਰਤਨ ਜੋ ਵਿਆਨਾ ਆਸਟਰੀਆ ਸ਼ਹਿਰ ਵਿਖੇ ਸਮੋ ਸਾਧ ਸੰਗਤ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਨਿਕਲਿਆ ਹੈ ਅਤੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੇਈ ਡਿਸਟ੍ਰਿਕਟ ਦੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਮੂਹ ਸਾਧ ਸੰਗਤ ਵੱਲੋਂ ਇਸ ਖੁਸ਼ੀ ਮਾਹੌਲ ਦੇ ਵਿੱਚ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹੋਏ ਅਤੇ ਆਪ ਜੀਆਂ ਨੂੰ ਇੱਕ ਸੂਚਿਤ ਵੀ ਕੀਤਾ ਜਾਂਦਾ ਹੈ। ਪੀਓ ਪਾਉਲ ਖੰਡੇ ਤਾਰ ਹੋਏ ਜਨਮ ਸੋਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਆਪ ਜੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਜੋ ਕਿ 23 ਅਪ੍ਰੈਲ 2023 ਨੂੰ ਵਿਆਨਾ 23 ਡਿਸਟ੍ਰਿਕਟ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਅਤੇ ਆਪ ਜੀਆਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਵੱਧ ਤੋਂ ਵੱਧ ਬਾਣੀ ਨਾਲ ਜੁੜ ਕੇ ਗੁਰੂ ਕਲਗੀਧਰ ਪਿਤਾ ਦੇ ਅੰਮ੍ਰਿਤ ਦੀ ਦਾਤ ਲੈ ਕੇ ਆਪ ਜੀ ਪ੍ਰਾਣੀ ਵੱਧ ਤੋਂ ਵੱਧ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਬਾਟਾ ਤਿਆਰ ਹੋ ਰਿਹਾ ਆਪ ਜੀ ਬਾਟੇ ਤੋਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਕਿਰਪਾਲਤਾ ਕਰਨੀ ਅਤੇ ਫਿਰ ਸਮੂਹ ਸਾਧ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਆਓ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵਾ ਭਾਈ ਸਾਹਿਬ ਜੀ ਦਾ। ਹੁਣ ਸਾਡੀ ਛੋਟੀ ਭੈਣ ਸਾਡੀ ਧੀ ਰਾਣੀ ਉਹ ਖਾਲਸਾ ਸਾਜਨਾ ਦਿਵਸ ਦੀਆਂ ਸੰਗਤ ਨੂੰ ਵਧਾਈਆਂ ਦੇਣਗੇ।
बड़े ही गुरु घर साडे कीर्तन भी करदे ने धन्नवाद इन्हां दा वेखो संगतां दा मारदा ठाठा मारदा कट बड़ी श्रद्धा ते भावना नाल संगतां रल मिल के धन धन साहिब श्री गुरु कलगीधर पातशाह दे खालसा साजना दिवस दियां दिवस मना रहीआं ने वधाइयां सारीआं सिख संगतां नूं आ साडे सतिकारयोग दो मिनट फतेह दी सांझ पाओ मेरे वीर खालसा एड वाले ये भी साडी सिक्योरिटी दी सेवा निभा रहे ने इन्हां नूं कहूंगा भी उह खालसा साजना दिवस दियां संगतां नूं वधाइयां देण जी वाहिगुरू जी का खालसा वाहिगुरू जी दे फतेह सारीआं संगतां नूं नगर कीर्तन दियां लख लख वधाइयां होण जी सो व्याना संगत वालों जो नगर कीर्तन कढ़िया गया जी वाहिगुरू जी खालसा वाहे फतेह बहुत बहुत धन्यवाद वीरां दा जिहड़ियां रल मिल के सेवावां कर रहीआं ने सो महाराज इसे तरह सारिया संगतां ते मेहर मेहर भरिया हथ रखण बोलो कोई संगत जी दो वधाइयां खालसे दियां बहुत बहुत वधाइयां जी महाराज सारे संगत सारी संगत नूं बहुत बहुत वधाइयां बाबा गुरु जी दी धन्यवाद भाई साहब साढ़े प्रधान जी का भी महाराज चढ़ती कला च रखण साडियां वेखो भैणां किदां वध चढ़ के सेवावां निभा रहीआं ने धन्यवाद महाराज इसे तरह ही अपने दर घर की सोझी बख्शण इसे तरह ही सेवा सिख संगतां महाराज नाल जुड़ियां रहन जी निशान अपने चौबदारां दे विचों उन्हां नूं कहांगा उह भी संगत नाल फतेह की सांझ पाउण जी भाई साहब जी संगतां फतेह की सांझ पा दिओ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਨੂੰ ਸਾਰਿਆਂ ਨੂੰ ਖਾਲਸਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਭਾਈ ਸਾਹਿਬ ਜੀ ਦਾ ਬਾਰ ਸਾਹਿਬ ਤੋਂ ਧੰਨਵਾਦ ਉਹਨਾਂ ਦਾ ਵੀ ਜੀ ਆਇਆਂ ਨੂੰ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਜਿਨ੍ਹਾਂ ਨੇ ਸਾਡੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਰੌਣਕਾਂ ਲਾਈਆਂ ਵਾ ਧੰਨਵਾਦ ਭਾਈ ਸਾਹਿਬ ਜੀ ਉਹਨਾਂ ਦਾ ਵੀ ਜੀ ਆਇਆਂ ਨੂੰ ਹੋਰ ਵੀ ਜਿੰਨੀਆਂ ਵੀ ਸਿੱਖ ਸੰਗਤਾਂ ਸਾਡੇ ਕੋਲ ਇੱਥੇ ਪਹੁੰਚੀਆਂ ਨੇ ਜਿੱਥੋਂ ਵੀ ਦੂਰ ਦੁਰਾਡੇ ਤੋਂ ਚੱਲ ਕੇ ਅਸੀਂ ਸਾਰਿਆਂ ਦੇ ਰੀਣੀ ਹਾਂ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਆਖਦੇ ਵੀ ਜੀ ਆਇਆਂ ਨੂੰ ਮਹਾਰਾਜ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਉਦਮ ਅਤੇ ਬਲ ਬਖਸ਼ੇ ਬਾਣੀ ਅਤੇ ਬਾਣੀ ਨਾਲ ਜੋੜ ਕੇ ਮਹਾਰਾਜ ਰੱਖਣ ਸੋ ਵੇਖ ਲਓ ਸਾਧ ਸੰਗਤ ਜੀ ਕੰਮਾਂ ਕਾਰਾਂ ਦੇ ਵਿੱਚ ਬਿਜੀ ਹੋਣ ਦੇ ਕਰਕੇ ਵੀ ਕਿੱਦਾਂ ਠਾਠਾਂ ਮਾਰਦਾ ਕੱਠ ਆਪਣੇ ਕੰਮ ਵੀ ਬਹੁਤ ਜ਼ਰੂਰੀ ਪਰ ਸਿੱਖ ਸੰਗਤਾਂ ਨੇ ਆਪਣੀਆਂ ਛੁੱਟੀਆਂ ਰਖਾਈਆਂ ਵਾਂ ਅਤੇ ਕਿੱਦਾਂ ਠਾਠਾਂ ਮਾਰਦਾ ਇਕੱਠ ਸੰਗਤਾਂ ਰਲ ਮਿਲ ਕੇ ਮਹਾਰਾਜ ਦਾ ਖਾਲਸਾ ਸਾਜਨਾ ਦਿਵਸ ਦੀਆਂ ਦਿਵਸ ਮਨਾ ਰਹੀਆਂ ਨੇ ਸੋ ਸਾਧ ਸੰਗਤ ਜੀ ਇੰਡੀਆ 'ਚ ਹੁੰਦੇ ਹਾਂ ਉੱਥੇ ਮਹਾਰਾਜ ਦੀ ਐਡੀ ਪਾਰ ਬਖਸ਼ਿਸ਼ 'ਚ ਵੀ ਕਿ ਅਸੀਂ ਉੱਥੇ ਵੀ ਕੋਈ ਪ੍ਰਭਾਤ ਫੇਰੀ ਸ਼ੁਰੂ ਤੋਂ ਲੈ ਕੇ ਜਿੰਨਾ ਤੱਕ ਮੈਂ ਹੋਸ਼ ਸੰਭਾਲੀ ਆ ਅਤੇ ਨਾ ਕੋਈ ਨਗਰ ਕੀਰਤਨ ਛੱਡਿਆ ਵਾ ਮੈਂ ਤਾਂ ਵਿਸ਼ੇਸ਼ ਤੌਰ 'ਤੇ ਵੀ ਜਦੋਂ ਸਮਾਂ ਬਣਦਾ ਵਾ ਇੰਡੀਆ ਮਹਾਰਾਜ ਦੀ ਕਿਰਪਾ ਨਾਲ ਨਗਰ ਕੀਰਤਨ ਦਾ ਕਰਕੇ ਵੀ ਜਾਈਦਾ ਵਾ ਅਤੇ ਮਹਾਰਾਜ ਇਸੇ ਤਰ੍ਹਾਂ ਹੀ ਸਾਨੂੰ ਬਾਣੀ ਅਤੇ ਬਾਣੀ ਨਾਲ ਜੋੜ ਕੇ ਰੱਖਣ ਜੀ ਵੇਖੋ ਕਿੱਦਾਂ ਸਿੱਖ ਸੰਗਤਾਂ ਗੋਰੇ ਵੀ ਕਿੱਦਾਂ ਨਮਸਕਾਰਾਂ ਵੀਡੀਓ ਬਣਾ ਰਹੇ ਨੇ ਧੰਨਵਾਦ ਆ ਲੱਖ ਲੱਖ ਵਧਾਈਆਂ ਮਹਾਰਾਜ ਦੇ ਸਾਡੇ 23 ਬਸਿਰਕ ਤੋਂ ਗੁਰਦੁਆਰਾ ਸਾਹਿਬ ਜੋ ਸਾਡੇ ਕਾਬਲੀ ਵੀਰਾਂ ਨੇ ਬਣਾਇਆ ਵਾ ਸਾਡੇ ਬਹੁਤ ਸਤਿਕਾਰਯੋਗ ਉਹਨਾਂ ਦਾ ਵੀ ਇਸ ਨਗਰ ਕੀਰਤਨ ਦੇ ਵਿੱਚ ਬੜਾ ਵੱਡਾ ਸਹਿਯੋਗ ਵਾ ਉਹਨਾਂ ਦੇ ਪ੍ਰਬੰਧਕ ਜਨ ਆਏ ਨੇ ਉਹਨਾਂ ਨੂੰ ਕਹੂੰਗਾ ਵੀ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਬਾਰੇ ਕੁਛ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹਿ ਪ੍ਰਗਟਿਓ ਮਰਦ ਅਗੰਮਣਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਅੱਜ ਅਸੀਂ ਸਾਰੇ ਰਲ ਮਿਲ ਕੇ ਯੂਰੋਪ ਦੀ ਧਰਤੀ ਆਸਟ੍ਰੀਆ ਸ਼ਹਿਰ ਵੈਨਾ ਵਿਖੇ ਖਾਲਸਾ ਪ੍ਰਗਟ ਦਿਵਸ ਸਮੂਹ ਸੰਗਤਾਂ ਨੂੰ ਖਾਲਸਾ ਪ੍ਰਗਟ ਦਿਵਸ ਦੀਆਂ ਲੱਖਾਂ ਅਤੇ ਕਰੋੜਾਂ ਵਾਰ ਵਧਾਈ ਵਧਾਈ ਹੋਵੇ ਜੀ ਇਹ ਸਾਡੇ ਬਹੁਤ ਉੱਚੇ ਭਾਗ ਹਨ ਜੋ ਵਿਦੇਸ਼ਾਂ ਦੀ ਧਰਤੀ 'ਤੇ ਵੀ ਇਹੋ ਜਿਹੇ ਮਹਾਨ ਪੁਰਬ ਮਨਾਉਂਦੇ ਹੋਏ ਹਾਂ ਅੱਜ ਸਾਡੇ ਕੋਲ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਵੀ ਜੋ ਹਜ਼ੂਰੀ ਰਾਗੀ ਦਰਬਾਰ ਸਾਹਿਬ ਵੱਲੇ ਪਹੁੰਚੇ ਹਨ ਸੰਗਤਾਂ ਨੂੰ ਆਨੰਦਮਈ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ ਅਤੇ ਬੇਨਤੀ ਹੈ ਸਮੂਹ ਸੰਗਤਾਂ ਪਾਸ ਕਿ 23 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੈਨਾ 23 ਡਿਸਟ੍ਰਿਕਟ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਬੇਨਤੀ ਹੈ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਪਾਸ ਜਿਨ੍ਹਾਂ ਨੇ ਹੁਣ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਚੱਕੀ ਹੈ ਸੋ 23 ਅਪ੍ਰੈਲ
ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੈਨਾ ਤਰੇਵੀ ਡਿਸਟ੍ਰਿਕਟ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਸੋ ਵੱਧ ਤੋਂ ਵੱਧ ਸਾਰਿਆਂ ਨੇ ਹੀ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲਾ ਬਣ ਕੇ ਆਪਣਾ ਮਨੁੱਖਾ ਜੀਵਨ ਸਫਲਾ ਕਰਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਖਾਲਸਾ ਸਾਜਨਾ ਦਿਵਸ 'ਤੇ ਸੰਗਤਾਂ ਨੂੰ ਕੁਛ ਬੋਲਣਗੇ ਜੀ? ਸਾਰੀਆਂ ਸੰਗਤਾਂ ਨੂੰ, ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਖਾਲਸੇ ਦੇ, ਅਤੇ ਸਾਰੀਆਂ ਸੰਗਤਾਂ ਨੂੰ ਖਾਲਸੇ ਦੇ ਰਾਹ 'ਤੇ ਬਖਸ਼ਣ ਗੁਰੂ ਗੋਬਿੰਦ ਸਿੰਘ ਜੀ ਮੇਹਰ ਹੋ ਕਰਨ ਸਾਰੀ ਸੰਗਤਾਂ 'ਤੇ। ਧੰਨਵਾਦ ਵਾ ਭਾਈ ਸਾਹਿਬ ਜੀ ਦਾ। ਤੁਹਾਨੂੰ ਕਿੰਨਾ ਚਿਰ ਭਾਈ ਸਾਹਿਬ ਜੀ ਹੋ ਗਿਆ ਇੱਥੇ ਆਇਆਂ ਨੂੰ, ਅਤੇ ਕੀ ਵੇਖ ਰਹੇ ਅੱਜ ਤੁਸੀਂ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ ਸੰਗਤ ਦੇ ਵਿੱਚ ਆ ਕੇ, ਅਤੇ ਗੁਰੂ ਦਾ ਕੀਰਤਨ ਸੁਣ ਕੇ ਬਹੁਤ ਆਨੰਦ ਆ ਰਿਹਾ ਹੈ। ਅਤੇ ਬੜਾ ਖੁਸ਼ ਵਾਂ ਸਾਡਾ ਵੀਰ, ਹੁਣ ਸਿੱਖੀ ਸਰੂਪ 'ਚ ਲੱਗਦਾ ਆ ਗਿਆ ਹੁਣੇ, ਅਤੇ ਹੁਣ 23 ਤਰੀਕ ਨੂੰ ਖੰਡੇ ਬਾਟੇ ਦੀ ਪੌਲ ਵਰਤਣੀ ਆ ਉੱਥੇ, 23 ਅਪ੍ਰੈਲ ਨੂੰ। ਹਾਂਜੀ, ਉਹ ਵੀ ਵੀਰ ਹੋਰ ਵੀ ਆਪ ਵੀ ਆਪ ਜੀ ਨਹੀਂ ਸਕਿਆ ਲੱਗਦਾ, ਨਹੀਂ ਬਣ ਸਕਿਆ, ਬਸ ਚੜ੍ਹਦੀ ਕਲਾ ਸਾਰੀ ਦੇਖ।